हां जी ताजी सत श्री अकाल सारे ਨੂੰ ਸਵਾਗਤ ਹੈ ਪੰਜਾਬ ਵੱਡਾ 247 ਤੇ ਮੇਰਾ ਨਾਮ ਹੈ ਗगन ਹੋ ਪਿੱਛੇ ਕੁਝ ਪ੍ਰੋਬਲਮ ਜੀ ਆ ਗਈ ਸੀ ਤਾਂ ਕਰਕੇ ਦੁਬਾਰਾ ਕਰਨਾ ਪਿਆ ਬਟ ਕੋਈ ਚੱਕਰ ਨਹੀਂ ਇੱਕ ਮਿੰਟ ਆਪਾਂ ਛੇਤੀ ਛੇਤੀ ਤੁਹਾਡੇ ਟੈਲੀਗ੍ਰam ਤੇ ਆਪਾਂ ਸ਼ੇਅਰ ਕਰ ਦਿੰਨੇ ਫਿਰ ਆਪਾਂ ਕਲਾਸ ਨੂੰ ਕਰਦੇ ਹਾਂ ਸ਼ੁਰੂ ਇੱਕ ਮਿੰਟ ਦਾ ਸਮਾਂ दो ਮੈਨੂੰ ਬਸ ਬਸ ਇੱਕ ਮਿੰਟ ਬਸ ਇੱਕ ਮਿੰਟ ਹੈ ਨਾ ਤਾਂ ਜੀ ਇੱਕ ਵਾਰ ਤੁਸੀਂ ਵੀ ਇਹਨਾਂ ਚੇਅਰ ਸ਼ੇਅਰ ਕਰ ਦਿਓ ਕਿਤੇ ਬਹੁਤ ਹੀ ਇੰਪੋਰਟੈਂਟ ਕਲਾਸ ਹੋਣ ਵਾਲੀ ਅੱਜ ਆਪਣੀ ਚੌਥੀ ਹੈ ਨਾ 4th 4th ਪਾਰਟ ਹੈ ਜ ਆਪਣਾ ਜਿਹੜਾ ਕਰਨੀਆਂ ਨੇ ਆਪਾਂ ਇਹ ਇੰਪੋਰਟੈਂਟ ਇੰਪੋਰਟੈਂਟ கரنٹ ਅਫੇਅਰ ਰਿਵੀਜ਼ਨ ਇੱਕ ਪੇਜ ਤਾਂ ਟੈਲੀਗ੍ਰam ਪੇਜ ਤੇ ਲਈ ਹਾਂ ਜੀ ਹਾਂ ਜੀ ਹੁਣ ਸ਼ੁਰੂ ਕਰਦੇ ਆਂ ਤੁਹਾਡੇ ਕੰਮ ਕਰਾਂਗੇ ਤਾਂ ਫ फेब्रुवारी ਦੇ கரنٹ ਅਫੇਅਰ ਚੱਲੇ ਹੋਏ ਨੇ ਹਜੇ ਜਿਹਨੂੰ ਨਹੀਂ ਪਤਾ ਜਿਹੜਾ ਕੋਈ ਨਵਾਂ ਜੁੜਿਆ ਤਾਂ ਜੀ ਉਹਨੂੰ ਜੀ ਆਇਆਂ ਨੂੰ ਪਹਿਲਾਂ ਤਾਂ ਆ ਪੇਪਰ ਵੀ ਦੇਖੋ ਬਹੁਤ ਟਾਈਮ ਹੈ ਪੰਜਾਬ ਐਕਸਾਈਜ਼ ਇੰਸਪੈਕਟਰ ਲਿਖਿਆ ਵੈਸੇ ਵੈਸੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਜਿੰਨੇ ਵੀ ਤੁਹਾਡੇ ਪੇਪਰ ਨੇ ਉਹਨਾਂ ਸਾਰਿਆਂ ਵਿੱਚ ਇੱਕ ਕੰਮ ਆਜੂ ਜਿੰਨੇ ਵੀ ਤੁਹਾਡੇ ਪੇਪਰ ਨੇ ਸਾਰੇ ਵਿੱਚ ਕੰਮ ਆ ਜੂਗਾ ਭਾਵੇਂ ਫੋਰਚ ਗਾਰਡ ਦਾ ਪੇਪਰ ਦੇ ਰਹੇ ਹੋ ਤੁਸੀਂ ਭਾਵੇਂ ਪੀਟਰ ਪਲਸ ਵੀ ਕਲਰਕ ਦਾ ਦੇ ਰਹੇ ਹੋ ਭਾਵੇਂ ਤੁਸੀਂ ਆਪਣਾ ਅਕਸਾਈਡ ਇਨਸਪੈਕਟਰ ਦਾ ਦੇ ਹੀ ਰਹੇ ਹੋ ਅੱਗੇ ਜੋ ਕੋਆਪਰੇਟਿਵ ਇਨਸਪੈਕਟਰ ਦਾ ਵੀ ਦੇ ਰਹੇ ਹੋ ਤਾਂ ਵੀ ਉਹਦੇ ਲਈ ਕੰਮ ਆ ਜਾਊਗਾ ਠੀਕ ਹੈ ਕਿਉਂਕਿ ਆਪਾਂ ਕੀ ਕਰ ਰਹੇ ਆਪਾਂ ਕਰ ਰਹੇ ਡਿਟੇਲ ਵਿੱਚ ਆਪਾਂ ਕਰ ਰਹੇ ਪ੍ਰੋਪਰਲੀ ਨਾਮ ਨਾਲ ਆਪਾਂ ਕੋਈ ਕਾਲੀ ਸਾਨੂੰ ਹੈ ਨਹੀਂ ਕਾਲੀ ਲਈ ਸਾਨੂੰ ਅੱਗੇ ਟਾਈਮ ਹੈ ਕਾਲੀ ਆਪਾਂ ਉਹਦੋਂ ਕਰਾਂਗੇ ਜਦੋਂ ਪੇਪਰ ਆ ਗਿਆ ਰੈਪਿਡ ਫਾਇਰ ਵੀ ਉਹਦੋਂ ਕਰਾਂਗੇ ਤੁਹਾਡੇ ਲਈ ਵਧੀਆ ਆਪਾਂ ਕਲਾਸ ਵਿੱਚ 100-100 ਸਵਾਲ ਵੀ ਕਰਾਂਗੇ ਬਟ ਹਜੇ ਪਫ ਵੀਨੇ ਦੇ ਫ फेब्रुवारी ਸ਼ੁਰੂ ਕਰਤਾ ਆਪਾਂ ਰਾਵਲਾਂ ਡਿਟੇਲ ਵਿੱਚ ਆਪਾਂ ਕਰੰਟ ਅਫੇਅਰ ਕਰ ਰਹੇ ਆ ਠੀਕ ਹੈ ਤਾਂ ਇੱਕ ਤਾਂ ਬਹੁਤ ਇੰਪੋਰਟੈਂਟ ਕਲਾਸ ਹੈ ਸਰ ਸਰ ਪਹਿਲਾਂ ਮੇਰੀ ਗੱਲ ਸੁਣੋ ਪਲੀਜ਼ ਤੁਹਾਡੀ ਕਲਾਸ ਚ ਆਉਂਦੀ ਆ ਇੱਕ ਕੁੜੀ ਆਉਂਦੀ ਕਹਿੰਦੀ ਕਿ ਕੋਈ ਹੋਵੇ ਜੋ ਦੱਸੋ ਸਾਡੀ ਕੱਪ ਹੋਗੀ ਹੈ ਅੱਛਾ ਇੱਕ ਸਰ ਤੁਹਾਡੀ ਕਲਾਸ ਚ ਐਡ ਆਉਂਦੀ ਇੱਕ ਕੁੜੀ ਆਉਂਦੀ ਕਹਿੰਦੀ ਸ਼ਾਦੀ ਚਲੋ ਬਾਅਦ ਚ ਦੇਖਦੇ ਸ਼ਾਦੀ ਸ਼ੋਦੀ ਵਾਲੀ ਗੱਲਾਂ ਇੱਕ ਵਾਰ ਸੈਸ਼ਨ ਨੂੰ ਪਹਿਲਾਂ ਲਾਈਕ ਕਰ ਦਿਓ ਛੋਟਾ ਜਿਹਾ ਸ਼ੇਅਰ ਕਰ ਦਿਓ ਆ ਫਿਰ ਸ਼ੁਰੂ ਕਰਦੇ ਬਹੁਤ ਜ਼ਰੂਰੀ ਕਲਾਸ ਬਣਾ ਲਈ ਲਾਈਕ ਕਰ ਦਿਓ ਇਕ ਤਾਂ ਸਾਰੇ ਹੈ ਨਾ ਲਾਈਕ ਕਰ ਦਿਓ ਠੀਕ ਹੈ ਠੀਕ ਹੈ ਸੁਖਪ੍ਰੀਤ ਦੇਖਦਾ ਮੈਂ ਹੈ ਨਾ ਚਲੋ ਪਹਿਲਾ ਸਵਾਲ ਤੁਹਾਡੇ ਅੱਗੇ ਇਹ ਰਿਹਾ ਤਾਂ ਜੀ ਸੰਤੀਸ਼ਰੀ ਪੰਡਿਤ ਇਹਨਾਂ ਨੂੰ ਬਣਾਇਆ ਗਿਆ ਇਸ ਦਾ ਫਰਸਟ ਔਮਨ ਵਾਈਸ ਚਾਂਸਲਰ ਆਫ ਜੀ ਐਨ ਯੂ ਤਾਂ ਜੀ ਜੀ ਐਨ ਯੂ ਦੀ ਪਹਿਲੀ ਔਮਨ ਵਾਈਸ ਚਾਂਸਲਰ ਬਣ ਚੁੱਕੀ ਹੈ ਕੌਣ ਐਸ ਪੰਡਿਤ ਸੰਤੀਸ਼ਰੀ ਪੰਡਿਤ ਉਧਰ ਚਾਂਸਲਰ ਕੌਣ ਨੇ ਉਧਰ ਚਾਂਸਲਰ ਕੌਣ ਨੇ ਅਮਿਤਾਪ ਕਾਂਤ ਵੀ ਕੇ ਸਰਸਵਤ ਐਮ ਜਗਦੀਸ਼ ਕੁਮਾਰ ਡਾਕਟਰ राजीव ਕੁਮਾਰ ਸੰਤੀਸ਼ਰੀ ਪੰਡਿਤ ਬਣ ਚੁੱਕੇ ਪਹਿਲੀ ਊਮੈਨ ਵਾਈਸ ਚਾਂਸਲਰ ਉਧਰ ਦੀ ਤਾਂ ਜੀ ਤੁਹਾਨੂੰ ਪਤਾ ਹੋਊਗਾ ਜਿੱਦਾਂ ਕਿ ONGC ਦੀ ਆਪਾਂ ਗੱਲ ਕੀਤੀ ਸੀ ਅਲਕਾ ਮਿੱਤਲ ਦਾ ਨਾਮ ਆਇਆ ਸੀ ਉਹਦੇ ਵਿੱਚ ਉਦਾਂ ਹੀ ਇੱਧਰ ਵੀ ਪਹਿਲੀ VC ਬਣ ਚੁੱਕੀ ਹੈ ਊਮੈਨ ਤਾਂ ਇਹਨਾਂ ਦਾ ਨਾਮ ਸੀ ਸੰਤੀਸ਼ਰੀ ਪੰਡਿਤ ਤਾਂ ਇੱਧਰ ਕੌਣ ਬਣ ਚੁੱਕੇ ਨੇ ਇਹ ਨਹੀਂ ਯਾਰ ਕੌਣ ਉਹ ਬਣੇ ਨੇ UGC ਦੇ ਜਗਦੀਸ਼ ਕੁਮਾਰ ਟਿੰਪਲਗਰ ਉਹ ਬਣੇ ਨੇ UGC ਦੇ ਇੱਕ ਆਉਣ ਬਣੇ ਨੇ ਇਹ ਬਣੇ ਨਹੀਂ ਪੁਰਾਣੇ ਹੀ ਨੇ ਇਹ ਵੀ ਕੇ ਸਰਸਵਤ ਰਿਲੇਟਡ ਕੁਐਸਚਨ ਤਾਂ ਸਾਡੇ ਕੋਲ ਆ ਸਕਦਾ ਹੋਰ ਕੁਝ ਨਹੀਂ ਹੈ ਇਹ ਨੇ ਭੈਣ ਜੀ ਸੰਤੀਸ਼ਰੀ ਪੰਡਿਤ ਇਹ ਰਹਾ ਜੀਐਨਯੂ ਦਾ ਲੋਗੋ ਚਾਹੀਜਾ ਜਵਾਰ ਲਾਲ 네ਰੂ ਯੂਨੀਵਰਸਿਟੀ ਕਾਫੀ ਪੁਰਾਣੀ ਕਾਫੀ ਮੰਨੀ ਹੋਈ ਯੂਨੀਵਰਸਿਟੀ ਹੈ ਇਹ ਤੋਂ ਪਹਿਲਾਂ ਸਬਿਤਰੀ ਬਾਈ ਫੂਲੇ ਯੂਨੀਵਰਸਿਟੀ ਵਿੱਚ ਕੰਮ ਕਰਦੀ ਰਹੀ ਹੈ ਸੰਤੀਸ਼ਰੀ ਪੰਡਿਤ ਭੈਣ ਜੀ ਤੇ ਇਹ ਨੇ ਜੀ ਵੀ ਕੇ ਸਰਸਵਤ ਪਾਜੀ ਮੈਂਬਰ ਆਫ ਨੀਤੀ ਆਯੋਗ ਨੇ ਤਾਂ ਕਰਕੇ ਇੰਪੋਰਟੈਂਟ ਹੈ ਵੈਸੇ ਜੇ ਸਵਾਲ ਆਇਆ ਸਿਰਫ ਐਂ ਹੀ ਕਰੂੰਗਾ ਮੈਂ ਕਿਹਾ ਠੀਕ ਹੈ ਵਾਈਸ ਚਾਂਸਲਰ ਕੌਣ ਮੈਂ ਦੱਸਦਾ ਤੁਹਾਨੂੰ ਬਟ ਇਧਰ ਮੈਂਬਰ ਆਫ ਨੀਤੀ ਆਇਆ ਹੋਗਾ ਵੀ ਕੇ ਸਰਸਵਤ ਤਾਂ ਇੰਪੋਰਟੈਂਟ ਹੈ ਜੈਨੂ ਬਾਰੇ ਵੀ ਗੱਲ ਧਿਆਨ ਰੱਖਣੀ ਹੈ 1969 ਵਿੱਚ ਬਣਿਆ ਸੀਗਾ 1969 ਵਿੱਚ ਬਣਿਆ ਸੀਗਾ ਠੀਕ ਹੈ ਚਲੋ ਨਹੀਂ ਯਾਰ ਕੰਟੈਕਟ ਨੰਬਰ ਕਿਦਾਂ ਸ਼ੇਅਰ ਕਰ ਸੀ ਚਲੋ ਹਾਂਜੀ ਜੈਨੂ ਦੇ ਵੀਸੀ ਐਮ ਜਗਦੀਸ਼ ਕੁਮਾਰ ਬਣ ਚੁੱਕੇ ਨੇ ਨਵੇਂ UGC ਦੇ ਪਹਿਲਾ ਜਿਹੜੇ JNU ਦੇ VC ਸੀ ਹੁਣ UGC NU ਦੀ VC ਦੀ ਥਾਂ ਕੌਣ ਲੱਗੀ ਹੈ ਹੁਣ JNU ਦੀ VC ਦੀ ਥਾਂ ਆ ਚੁੱਕੀ ਸੰਤੀਸ਼ਰੀ ਪੰਡਿਤ ਹੈ ਨਾ JNU ਦੀ VC ਦੀ ਥਾਂ ਆ ਚੁੱਕੀ ਸੰਤੀਸ਼ਰੀ ਪੰਡਿਤ ਆ ਚੁੱਕੀ ਹੈ ਤਾਂ ਹੁਣ ਇਹ ਦੱਸੋ ਮੈਨੂੰ ਸੌਰੀ JNU ਦੀ VC ਦੀ ਥਾਂ ਸੰਤੀਸ਼ਰੀ ਪੰਡਿਤ ਆ ਚੁੱਕੀ ਹੈ ਤਾਂ ਜਿਹੜੇ JNU ਦੇ VCC ਉਹ ਹੁਣ ਬਣ ਗਏ ਚੇਅਰਮੈਨ ਆਫ UGC ਉਸ UGC ਦੇ ਹੀ ਚੇਅਰਮੈਨ ਬਣ ਗਏ ਤਾਂ UGC ਵਾਸ ਐਸਟੈਬਲਿਸ਼ਡ 1953 ਸੋ ਅਬ ਸੇਜੇ ਤੁਸੀਂ ਕਲਾਸ ਆ ਤਾਂ ਡੇਲੀ ਲਗਾਉਂਦੇ ਨਹੀਂ ਮੈਨੂੰ ਸਮਝ ਨਹੀਂ ਆ ਰਿਹਾ ਤੁਸੀਂ ਸਵੇਰੇ ਲਈ ਜੇ ਕਲਾਸ ਮੈਂ ਦੱਸਿਆ ਸੀ ਕਲੀਅਰਲੀ ਤੁਹਾਨੂੰ ਦੱਸਿਆ ਸੀ ਸਰ ਜੀ ਬੈਚ ਸਟਾਰਟ ਕਰਨਾ ਹੈ ਜਾਂ ਨਹੀਂ ਜੀ ਮਾਪੈਕ ਚ ਕਹ ਦੋ ਤੁਸੀਂ ਕਹ ਦੋ ਸਾਈ ਨੂੰ ਸਟਾਰਟ ਕਰ ਦੇ ਕਦੇ ਸਿਲੇਬਸ ਨਹੀਂ ਆਇਆ ਕਾਈਂਡਲੀ ਰਿਕਵੈਸਟ ਬੈਚ ਸਟਾਰਟ ਕਰ ਦੋ ਜੀ ਯਾਰ ਮੈਂ ਤੁਹਾਨੂੰ ਕੱਲ ਵੀ ਪੂਰਾ ਡਿਟੇਲ ਵਿੱਚ ਸਮਝਾਇਆ ਸੀ ਯਾਰ ਬਾਈ ਬਸ ਕਰ ਮਤ ਕਰ ਸਮਝ ਨਹੀਂ ਰਿਹਾ ਗੱਲ ਮਤ ਕਰ ਹੁਣ ਗੱਲ ਹੁਣ ਮੇਰੀ ਕਲੀਅਰ ਲਿਸਟਿੰਗ ਵਿੱਚ ਆਉਂਦੀ ਮੈਂ ਇਹ ਗੱਲ ਕਹੀ ਸੀ ਕੋਆਪਰੇਟਿਵ ਬੈਂਕ ਤੇ ਕਲਰਕ ਦਾ ਜਿਹੜਾ ਪ੍ਰੋਬਲਮ ਆ ਗਈ ਹੈ ਕਿਉਂਕਿ ਜਿਹੜੀ ਨਵੀਆਂ ਪੋਸਟਾਂ ਆਈਆਂ ਨੇ ਉਹਦੇ ਕਰਕੇ ਪ੍ਰੋਬਲਮ ਹੋਈ ਹੈ ਕਿ ਕਿ 567 ਨਵੀਂ ਵੈਕੈਂਸੀ ਆਈ ਹੈ ਹੁਣ ਉਹਨਾਂ ਦਾ ਅਲੱਗ ਪੇਪਰ ਹੋਊਗਾ ਕਿ ਨਹੀਂ ਤਾਂ ਇਹ ਥੋੜੀ ਜਿਹੀ ਕਨਫਿਊਜ਼ਨ ਚੱਲ ਰਹੀ ਹੈ ਆਪਾਂ ਇਹਨਾਂ ਨੂੰ ਬੇਸਿਕਲੀ ਬੈਂਕਿੰਗ ਕਿਉਂ ਕਰਾ ਦੇ ਜੇ ਇਹਨਾਂ ਕੋਲ ਬੈਂਕਿੰਗ ਦੀ ਪੋਸਟ ਹੈ ਨਹੀਂ ਸਿਰਫ ਥੋੜੀ ਜਿਹੀ ਕਨਫਿਊਜ਼ਨ ਹੈ ਠੰਡ ਰੱਖੋ ਚਿੱਲ ਕੇ ਰੱਖੋ ਸਾਰੇ ਤਿਆਰੀਆਂ ਹੋਣਗੀਆਂ ਤੁਹਾਡੀ ਕੋਈ ਨਹੀਂ ਤੁਹਾਡੇ ਨਾਲ ਧੋਖਾ ਹੋ ਰਿਹਾ ਕੋਈ ਨਹੀਂ ਪੇਪਰ ਅਸੀਂ ਤਿਆਰੀ ਕਰਾਉਂਗੇ ਯਾਰ ਕੀ ਗੱਲ ਕਰ ਰਹੇ ਹੋ ਤੇ ਨਾਲੇ ਇਹ ਜਿਹੜੇ ਡਿਸੀਜਨ ਹੁੰਦੇ ਨਾ ਉੱਤੇ ਅੱਪਰ ਮੈਨੇਜਮੈਂਟ ਵੱਲੋਂ ਆਉਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਪਤਾ ਇਹ ਨਵੀਂ ਕੰਪਨੀ ਤਾਂ ਹੈ ਨਹੀਂ ਕੋਈ ਅੱਡਾ 24/7 ਬੈਂਕ ਕਰੋ ਦਾ ਕਰਾ ਰਿਹਾ ਪੇਪਰ SSC ਦੇ ਕਰੋ ਦੇ ਪੇਪਰ ਹੋ ਰਹੇ ਨਵੇਂ ਛਲਾਰੂ ਤਾਂ ਹੈ ਨਹੀਂ ਹੈ ਨਾ ਨਵੀਂ ਪਨੀਰੀ ਤਾਂ ਹੈ ਨਹੀਂ ਇਹਨਾਂ ਨੂੰ ਪਤਾ ਹੀ ਨਹੀਂ ਕੀ ਕਰਨਾ ਇਹ ਐਕਸਪੀਰੀਅੰਸ ਬੰਦੇ ਨੇ ਬਹੁਤ 15-15 ਸਾਲਾਂ ਤੋਂ ਇਸ ਬਿਜ਼ਨਸ ਵਿੱਚ ਨੇ ਇਸ ਕੰਮ ਵਿੱਚ ਇਸ ਫੀਲਡ ਵਿੱਚ ਨੇ ਇਹ ਕੰਮ ਕਰ ਰਹੇ ਨੇ ਸਾਰੇ ਤਾਂ ਇਹਨਾਂ ਨੂੰ ਪਤਾ ਵੀ ਕਿੱਦਾਂ ਚੱਲਣਾ ਅਸੀਂ ਇਹ ਪੜਾਉਣ ਵਾਲੇ ਅਸੀਂ ਪੜਾ ਦੋਗੇ ਅਸੀਂ ਤੁਹਾਨੂੰ 2 ਮਹੀਨੇ ਤੁਹਾਨੂੰ ਦੇਖੋ ਯਾਰ ਅਗਸਤ ਸਤੰਬਰ ਅਕਤੂਬਰ ਤੱਕ ਪੇਪਰ ਹੋਣੇ ਆ ਤੁਹਾਡਾ ਸਾਰਾ ਸਿਲੇਬਸ 40 ਤੋਂ 50 ਦੇ ਨਾਲ ਵਿੱਚ ਕੰਪਲੀਟ ਹੋ ਜਾਣਾ ਹੈ ਸਿਲੇਬਸ ਦੀ ਟੈਨਸ਼ਨ ਤੁਸੀਂ ਮਤ ਲਓ ਕਿਉਂਕਿ ਸਿਲੇਬਸ ਦੀ ਟੈਨਸ਼ਨ ਕਰਕੇ ਹੀ ਅਸੀਂ ਥੋੜਾ ਜਿਆ ਥਨੂੰ ਐਕਸਟੈਂਡ ਕੀਤਾ ਹੋਇਆ ਜੇ ਤੁਹਾਨੂੰ ਅਸੀਂ ਬੈਂਕ ਪੜਾ ਦਈਏ ਤੁਹਾਨੂੰ ਇਕਨੋਮੀ ਪੜਾ ਦਈਏ ਤੂੰ ਹੀ ਸਭ ਤੋਂ ਪਹਿਲਾਂ ਸੌਰਵ ਸੇਜੂ ਕਹੇਗਾ ਕਿ ਬੈਂਕ ਤੋਂ ਆਉਣਾ ਨਹੀਂ تھا ਆਪਨੇ हमको ਐਸੀ ਪੜਾ ਦਈਏ ਆਪਨੇ ਮਾਰਾ ਟਾਈਮ ਵੇਸਟ ਕਰ دیا۔ ਤਾਂ ਤੁਹਾਡੇ ਲਈ ਤੁਹਾਡੇ ਵਰਗਿਆਂ ਕਰਕੇ ਹੀ ਅਸੀਂ ਤੁਹਾਡਾ ਐਕਸਟੈਂ ਥੋੜਾ ਜਿਹਾ ਹੋਰ ਰੱਖਿਆ ਕਰੋ ਯਾਰ ਨਵੀਂ ਉਹੀ ਗੱਲ ਨਵੇਂ ਚਲਾਰੋ ਤਾਂ ਹੈ ਨਹੀਂ ਇਹਨਾਂ ਨੂੰ ਕੋਈ ਪਤਾ ਨਹੀਂ ਕੀ ਕਰ ਰਹੇ ਨੇ ਹਵਾ ਚ ਤੀਰ ਨਹੀਂ ਮਾਰ ਰਹੇ ਬੈਂਕਿੰਗ ਵਿੱਚ ਇੰਨੇ ਸਿਲੈਕਸ਼ਨ ਦਿੱਤੇ ਇੰਨੇ ਸਾਲਾਂ ਤੋਂ ਇਹਨਾਂ ਨੇ SSC ਵਿੱਚ ਭਰ-ਭਰ ਕੇ ਸਿਲੈਕਸ਼ਨ ਦਿੱਤੇ ਆ ਤਾਂ ਹੀ ਅੱਜ ਪੰਜਾਬ ਵੱਡਾ 247 ਖੜਾ ਹੋਇਆ ਤਾਂ ਹੀ ਮੈਂ ਜਿਹੜੇ ਕਿਰਾਏ ਸਵਾਲ ਤਾਂ ਹੀ ਤੁਹਾਡੇ ਕੋਲ ਨੈਪਟਸਿਲਰ ਪੇਪਰ ਵਿੱਚੋਂ 18 ਤੋਂ 13 14 15 ਸਵਾਲ ਆਏ ਨੇ ਟੈਨਸ਼ਨ ਨਾ ਲਓ ਹੋਊਗਾ ਸਭ ਯਾਰ ਇੰਨੀ ਉਹ ਨਹੀਂ ਕਰੀ ਦੀ ਹੁਣ ਦੇਖੋ ਵਿੱਚ ਕੋਈ ਨਾ ਟੋਕੇ ਠੀਕ ਹੈ ਹੁਣ ਪੜਾਈ ਕਰਾਂਗੇ ਆਰਾਮ ਨਾਲ ਇਹ 1953 ਵਿੱਚ ਠੀਕ ਹੈ ਗਵਰਨਮੈਂਟ ਆਫ ਇੰਡੀਆ ਨੇ ਅਪਰੂਵ ਕੀਤਾ ਰੀਨੇਮਿੰਗ ਆਫ 3 ਪਲੇਸਿਸ ਇਨ ਮਧਿਆ ਪ੍ਰਦੇਸ਼ ਤਾਂ ਹੂ ਹੈਸ ਟੂ ਗਿਵ ਦਾ ਅਪਰੂਵਲ ਫਾਰ ਰੀਨੇਮਿੰਗ ਆਪਾਂ ਦੱਸੂਗੇ ਕਿਹੜੀ ਕਿਹੜੀ ਥਾਵਾਂ ਦੇ ਨਾਂ ਚੇਂਜ ਹੋਏ ਨੇ ਬਟ ਪੂਰੀ ਇੰਡੀਆ ਵਿੱਚ ਕੋਈ ਵੀ ਜਗ੍ਹਾ ਦਾ ਨਾਂ ਚੇਂਜ ਹੁੰਦਾ ਹੈ ਹੁੰਦਾ ਹੈ ਤਾਂ ਉਹਦਾ ਅਪਰੂਵਲ ਕੌਣ ਦਿੰਦਾ ਹੈ ਕਹਿੰਦਾ ਮਧੇ ਪ੍ਰਦੇਸ਼ ਦੀ ਗੱਲ ਨਹੀਂ ਹੈ ਭਾਵੇਂ ਹਿਮਾਚਲ ਪ੍ਰਦੇਸ਼ ਹੋਵੇ ਆਪਾਂ ਪੰਜਾਬ 'ਚ ਕਿਸੇ ਥਾਂ ਦਾ ਨਾਂ ਚੇਂਜ ਹੋਵੇ ਤਾਂ ਉਹਨੂੰ ਅਪਰੂਵਲ ਕੌਣ ਦਿੰਦਾ ਹੈ ਪ੍ਰਧਾਨ ਮੰਤਰੀ ਸੁਪਰੀਮ ਕੋਰਟ ਹੋਮ ਮਿਨਿਸਟਰ ਜਾਂ ਫਿਰ ਨੀਤੀ ਆਯੋ ਕੌਣ ਦਿੰਦਾ ਦੱਸੋ ਪ੍ਰਧ ਦੇਖੋ ਪਰੋਸਾ ਰੱਖਿਆ ਕਰੋ ਦੇਖੋ ਹੋਰ ਕੁਝ ਨਹੀਂ ਹੈ ਹਵਾ ਜੀ ਤੀਰ ਨਹੀਂ ਕੋਈ ਮਾਰ ਰਿਹਾ ਇਹਦਾ ਅਨਸਰ ਦੱਸੋ ਕੀ ਹੋਊਗਾ ਕੌਣ ਅਪਰੂਵ ਕਰਦਾ ਹੈ ਤਾਂ ਜੀ ਅਨਸਰ ਇਹਦਾ ਹੋ ਜਾਂਦਾ ਹੈ ਹੋਮ ਮਿਨਿਸਟਰੀ ਕਰਦੀ ਹੈ ਅਪਰੂਵ ਇਹ ਸਾਰਾ ਜਿਹੜੀ ਵੀ ਕੋਈ ਰੀਨੇਮਿੰਗ ਹੁੰਦੀ ਹੈ ਰੀਨੇਮ ਕਿਹੜੇ ਕਿਹੜੇ ਹੋਏ ਨੇ ਤਾਂ ਗਵਰਨਮੈਂਟ ਆਫ ਇੰਡੀਆ ਨੇ ਅਪਰੂਵ ਕੀਤੀ ਰੀਨੇਮਿੰਗ ਆਫ ਜ਼ੂਮ ਆਊਟ ਕਰ ਦਿਓ ਥੋੜਾ ਸਾ ਰੀਨੇਮਿੰਗ ਆਫ 3 ਪਲੇਸਿਸ ਕਿਹੜੀ ਕਿਹੜੀ ਹੋ ਗਈੋ ਸ਼ੰਗਾਬਾਦ ਨਗਰ ਬਣ ਚੁੱਕਾ ਹੈ ਨਰਮਦਾਪੁਰਮ ਸ਼ਿਵਪੂਰੀ ਬਣ ਚੁੱਕਾ ਹੈ ਕੁੰਡੇਸ਼ਵਰ ਧਾਮ ਤੇ ਬੱਬਈ ਬਣ ਚੁੱਕਾ ਹੈ ਮੱਖਣ ਨਗਰ ੋ ਸ਼ੰਗਾਬਾਦ ਨਗਰ ਟੂ ਨਰਮਦਾਪੁਰਮ ਸ਼ਿਵਪੂਰੀ ਟੂ ਕੁੰਦੇਸ਼ਵਰ ਧਾਮ ਤੇ ਤੀਜਾ ਬੱਬਈ ਟੂ ਮੱਖਣਗਰ ਇਹ ਤਿੰਨਾਂ ਚੇਂਜ ਹੋਏ ਨੇ ਠੀਕ ਹੈ ਧਿਆਨ ਰੱਖ ਲੈ ਪੇਪਰ 'ਚ ਸਵਾਲ ਆ ਸਕਦੇ ਨੇ ਜੇ ਤੁਸੀਂ 8 ਵਜੇ ਵਾਲੀ ਕਲਾਸ ਡੇਲੀ ਲਾਂਦੇ ਤਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਜ਼ੂਮ ਨਹੀਂ ਹੋ ਰਿਹਾ ਇਹ ਫੋਕਸ ਹੋ ਰਿਹਾ ਹੈ ਹੈਨਾ ਜਿਵੇਂ ਕਰਾ ਰਿਹਾ ਹੈ ਤਾਂ ਤੁਹਾਨੂੰ ਜੇ 8 ਵਜੇ ਵਾਲੇ ਕਲਾਸ ਲਾਂਦੇ ਹੋਏ ਤਾਂ ਇੱਕ ਵਾਰ ਮੈਂ ਤੁਹਾਨੂੰ ਇੱਕ ਕਲਾਸ ਵਿੱਚ ਸਾਰੇ ਤੇ ਸਾਰੇ ਪੂਰੇ ਇੱਕ ਸਾਲ ਤੱਕ ਜਿੰਨੇ ਵੀ ਰੀਸੈਂਟਲੀ ਨੇਮਿੰਗ ਸੀਗੀ ਆ ਉਹ ਸਾਰੀਆਂ ਕਰਾਤੀ ਸੀਗੀਆਂ ਤੇ ਮੋਸਟ ਪ੍ਰੋਬੇਬਲੀ ਅੱਗੇ ਜਦੋਂ ਕੋਈ ਰੀਨੇਮ ਆਊਗੀ ਤਾਂ 8 ਟਾਈਮ ਵਾਲੀ ਕਲਾਸ ਚ ਉਹ ਦੁਬਾਰੇ ਤੁਹਾਨੂੰ ਕਰਾ ਦੂੰਗਾ ਤਾਂ 8 ਟਾਈਮ ਵਾਲੀ ਕਲਾਸ ਨਾ ਛੱਡਿਓ ਜੀ ਲੇਕਿਨ ਦੇਖਿਓ ਇਹ ਸਾਰਾ ਆ ਰਿਹਾ ਹੈ ਚਲੋ ਕਾ ਲੋਕੇਟਿਡ ਔਨ ਦਾ ਸਾਊਥ ਬੈਂਕ ਆਫ ਰਿਵਰ ਨਰਮਦਾ ਹੋਸ਼ंगाबाद ਵਾਸ ਨੇਮਡ ਆਫਟਰ ਹੋਸ਼ੰਗ ਸ਼ਾ ਨਰਮਦਾ ਦੇ ਕੰਡੇ ਤੇ ਬਸਿਆ ਹੋਇਆ ਤਾਂ ਕਰਕੇ ਇਹਨੂੰ ਨਰਮਦਾ ਪੁਰਮ ਕਰਤਾ ਤੇ ਬਬਈ ਦਾ ਨਾਮ ਮੱਖਣਗਰ ਕਰਤਾ ਕਿਉਂ ਕਿ ਉਧਰ ਇੱਕ ਬਹੁਤ ਹੀ ਵੱਡੇ ਜਰਨਲਿਸਟ ਤੇ ਲੇਖਕ ਲਖਾਰੀ ਸੀਗੇ ਕੌਣ ਮੱਖਣ ਲਾਲ ਚਤੁਰਵੇਦੀ ਕਹਿੰਦੇ ਅਰਜੰਟਿਨੋ ਤੋਂ ਵਧੀਆ ਸੀਗੇ ਤਾਂ ਉਹਨਾਂ ਦੇ ਨਾਂ ਤੇ ਇੱਕ ਥਾਂ ਦਾ ਨਾਮ ਰੱਖਤਾ ਅਰਜੰਟਿਨੋ ਦੇ ਨਾਂ ਤੇ ਹਜੇ ਆਇਆ ਨਹੀਂ ਹੈ ਬਟ ਮੱਖਣ ਭਾਜੀ ਦੇ ਨਾਂ ਤੇ ਥਾਂ ਦਾ ਨਾਮ ਹੋ ਗਿਆ ਮੱਖਣਗਰ ਠੀਕ ਹੈ ਚਲੋ ਚਲੋ ਸਾਈਕਲੋਨ ਬਤਸਿਰਾਏ ਇਹਨੇ ਬਹੁਤ ਗਾਹ ਪਾਇਆ ਸੀਗਾ ਹੁਣ ਦੇਖੋ ਤੁਹਾਡੇ ਕੋਲ ਸਵਾਲ ਆਇਆ ਸੀ ਜਿਹੜਾ ਆਇਲ ਸਪਿਲ ਵਾਲਾ ਉਦਾਂ ਹੀ ਹੋ ਜਾ ਸਵਾਲ ਆ ਸਕਦਾ ਇੰਡੀਆ ਵਿੱਚ ਨਹੀਂ ਆਇਆ ਸਾਈਕਲੋਨ ਇਹ ਅਸੀਂ ਕਹਾਂਗੇ ਕਿ ਅਸੀਂ ਕਿਉਂ ਪੜੀਏ ਪਰ ਇੰਡੀਆ ਦੇ ਨੇੜੇ ਆਇਆ ਇੰਡੀਆ ਦੀ ਬਹੁਤ ਹੀ ਵਧੀਆ ਫਰੈਂਡਲੀ ਕੰਟਰੀ ਕੋਲ ਆਇਆ ਤਾਂ ਇੰਪੋਰਟੈਂਟ ਸੀ ਹੈ ਕਿਹੜੀ ਕੰਟਰੀ ਸੀ ਮੈਡਾਗਾਸਕਰ ਕੀ ਲਿਖਿਆ ਹੈ ਸਾਈਕਲੋਨ ਬਤਸਿਰਾਏ ਨੇ ਗਾਹ ਪਾਇਆ ਤਾਂ ਕਿੱਥੇ ਟੂ ਵਲਨਰੇਬਲ ਮੈਡਾਗਾਸਕਰ ਠੀਕ ਹੈ ਤਾਂ देयर इज अ ਨੇਬਰਿੰਗ ਆਇਲੈਂਡ ਟੂ ਮੈਡਾਗਾਸਕਰ ਜਿਹਦਾ ਨਾਮ ਹੈ ਰੀਯੂਨੀਅਨ ਆਇਲੈਂਡ ਮੈਡਗਾਸਕਰ ਤੇ ਨੇਡੇਕ ਆਇਲੈਂਡ ਪੈਂਦਾ ਰੀਯੂਨੀਅਨ ਆਇਲੈਂਡ ਉਹ ਕਿਹਦੀ ਟੈਰਿਟਰੀ ਹੈ ਉਹ ਇੰਗਲਿਸ਼ ਟੈਰਿਟਰੀ ਜਰਮਨ ਟੈਰਿਟਰੀ ਇਟਾਲੀਅਨ ਜਾਂ ਫਿਰ ਫਰੈਂਚ ਟੈਰਿਟਰੀ ਇਹ ਵੈਸੇ ਸਟੈਟਿਕ ਜੀਕੇ ਦਾ ਸਵਾਲ ਆ ਗਿਆ ਇਨਕਲੂਡਿੰਗ ਤੁਸੀਂ ਪੜੋ ਨਾ ਪੜੋ ਮਰਜੀ ਤੁਹਾਡੀ ਇਹ ਵੈਸੇ ਫਰੈਂਚ ਇੰਡੀਅਨ ਓਸ਼ੀਅਨ ਟੈਰਿਟਰੀ ਹੈ ਕਿਹੜਾ ਆਇਲੈਂਡ ਹੈ ਰੀਯੂਨੀਅਨ ਆਇਲੈਂਡ ਮੁਸਕਾਨਿੰਨ ਦਾ ਟੈਨਸ਼ਨ ਨਾਲੇ ਅੱਜ 4 ਦੀ 4 ਪਾ ਦੂੰਗਾ ਠੀਕ ਹੈ ਚਾਰੇ ਪਾ ਦੂੰਗਾ ਇੱਕ ਇੱਕ ਗੱਲ ਕਹਿਣਾ ਤੁਹਾਨੂੰ ਕਲਾਸ ਨੂੰ ਇੱਕ ਤਾਂ ਦੇਖੋ ਲਾਈਕ ਨਹੀਂ ਕਰਦੇ ਤੁਸੀਂ 90 ਬੈਠੇ 26 ਲਾਈਕ ਕੀਤੇ ਨੇ ਇੱਕ ਤੁਸੀਂ ਪੀਡੀਐਫ ਤਾਂ ਤੂੰ ਛੱਡ ਪੀਡੀਐਫ ਐਨੀ ਦੇ ਦੂੰਗਾ ਤੂੰ ਪੜ ਪੜ ਕੇ ਕੰਬਲੇ ਹੋ ਜਾਵੇਂਗੇ ਤੁਹਾਡੇ ਤੋਂ ਪੂਰੀ ਨਹੀਂ ਹੋਣੀ ਸ਼ੇਅਰ ਕਰ ਦਿਆ ਕਰੋ ਕਲਾਸ ਨੂੰ ਲਾਈਕ ਕਰ ਦਿਆ ਕਰੋ ਇਹ ਫ੍ਰੈਂਚ ਇੰਡੀਅਨ ਓਸ਼ਨ ਟੈਰੀਟਰੀ ਆ ਵੈਸੇ ਆ ਮੈਡਾਗਾਸਕਰ ਆ ਛੋਟਾ ਜਿਹੜਾ ਇਧਰ ਮਰ ਛੋੜੀ ਮੈਡਾਗਾਸਕਰ ਤਾਂ ਵੱਡਾ ਇਧਰ ਇਹ ਨੇੜੇ ਤੇੜੇ ਮੜ ਆ ਜਾ ਮੋਰੀਸ਼ੀਅਸ ਕਰਕੇ ਆ ਇਧਰ ਬਹੁਤ ਆ ਗਾ ਪਿਆ ਮੈਡਾਗਾਸਕਰ ਤੇ ਤਾਂ ਇੰਡੀਆ ਨੇ ਏਡ ਵਗੈਰਾ ਵੀ ਭੇਜੀ ਸੀਗੀ ਤੇ ਕੈਟੇਗਰੀ 3 ਦਾ ਮੇਜਰ ਹਰਿਕਨ ਸੀਗਾ ਮਤਲਬ ਕਿ 178 ਤੋਂ 208 ਕਿਲੋਮੀਟਰ ਤੱਕ ਤੇ 250 ਕਿਲੋਮੀਟਰ ਤੱਕ ਤੱਕ ਗਿਆ ਇਹ ਤੇ ਇਹ ਆ ਸਕਦਾ ਥੋਡੇ ਕੋਲ ਸਵਾਲ ਕਿ ਨੋਜੀ ਵਰੀਕਾ ਕਰਕੇ ਸ਼ਹਿਰ ਸੀ ਇਹ ਸਾਈਕਲੋਨ ਤੋਂ ਪਤਵਾਹ ਹੋ ਗਿਆ ਤਾਂ ਇਹ ਜਿਹੜਾ ਨੋਜੀ ਵਰੀਕਾ ਸ਼ਹਿਰ ਹੈ ਕਿੱਥੇ ਹੈ ਤਾਂ ਧਿਆਨ ਰੱਖਣਾ ਮੈਡਾਗਾਸਕਰ ਵਿੱਚ ਹੈ ਇਹਦੇ ਨੇੜੇ ਹੀ ਮੋਰੀਸ਼ੀਅਸ ਹੈ ਇਹਦੇ ਨੇੜੇ ਹੀ ਰੀਯੂਨੀਅਨ ਆਈਲੈਂਡ ਹੈ ਬਹੁਤ ਨਾਲ-ਨਾਲ ਹੈ ਤਾਂ ਮੈਡਾਗਾਸਕਰ ਬਾਰੇ ਜਿਹੜੀ ਦੋ ਚਾਰ ਗੱਲਾਂ ਇੰਡੀਆ ਤੇ ਇਧਰ ਨੂੰ ਪੈਂਦਾ ਮੈਡਾਗਾਸਕਰ ਅਫਰੀਕਾ ਦੇ ਇਧਰ ਨੂੰ ਮੈਡਾਗਾਸਕਰ ਬਾਰੇ ਜਿਹੜੀ ਦੋ ਚਾਰ ਗੱਲਾਂ ਚੱਲ ਯਾਰ ਬਹੁਤ ਫੋਟੋ ਹੋ ਗਿਆ ਤਾਂ ਰਿਪਬਬਲੀਕ ਆਫ ਮੈਡਾਗਾਸਕਰ ਕੈਪੀਟਲ ਅੰਤਾਨਾਨਰੀਵੋ ਕਰੰਸੀ ਮਲਾਗਾਸੀ ਅਰੀਏਰੀ ਪ੍ਰੈਜ਼ੀਡੈਂਟ ਨੇ ਆਂਦਰੀ ਰਾਜੋਲੀ ਨਾਲ ਤੇ ਪ੍ਰਾਈਮ ਮਿਨਿਸਟਰ ਨੇ ਕ੍ਰਿਸਟੀਅਨ ਨਤਰਾਸੇ ਇਹ ਇੰਪੋਰਟੈਂਟ ਹੋ ਸਕਦਾ ਪੇਪਰ ਲਈ ਸਾਡੇ ਕਿਉਂਕਿ ਮੋਦੀ ਜੀ ਰੀਸੈਂਟਲੀ ਗੱਲਾਂ ਗੁੱਲਾਂ ਬਹੁਤ ਮਾਰਦੇ ਰਹਿੰਦੇ ਨੇ ਨਾਲ ਠੀਕ ਹੈ ਬਹੁਤ ਜ਼ਿਆਦਾ ਗੱਲਾਂ ਮਾਰਦੇ ਰਹਿੰਦੇ ਨੇ ਅੱਛਾ ਠੀਕ ਹੈ ਚਲੋ ਅਗਾ LIC ਨੇ ਟਾਈ ਅਪ ਕੀਤਾ ਵਿਦ ਪਾਲਿਸੀ ਬਾਜ਼ਾਰ ਫਾਰ ਡਿਜੀਟਲ ਡਿਸਟ੍ਰਿਬਿਊਸ਼ਨ ਆਫ ਲਾਈਫ ਇੰਸ਼ੋਰੈਂਸ ਤਾਂ LIC ਨੇ ਪਾਲਿਸੀ ਬਾਜ਼ਾਰ ਨਾਲ ਗੱਠ ਜੋੜ ਕਰ ਲਿਆ ਇੱਕ ਐਮਓਯੂ ਵਗੈਰਾ ਕਿਆ ਕਹਿੰਦੇ ਲਾਈਫ ਇੰਸ਼ੋਰੈਂਸ ਲਈ ਪਾਲਿਸੀ ਬਜ਼ਾਰ ਨਾਲ ਤਾਂ LIC ਦੇ 4 MD ਨੇ ਬਟ ਉਹਦਾ ਚੇਅਰਮੈਨ ਕੌਣ ਹੈ BC ਪਟਨਾਇਕ ਹੈ MR ਕੁਮਾਰ ਹੈ Mini IP ਹੀ ਹੈ ਜਾਂ ਫਿਰ सिद्धार्थ ਮੋਹਨਟੀ ਹੈ ਦੱਸੋ BC ਪਟਨਾਇਕ MR ਕੁਮਾਰ Mini AIPE ਜਾਂ ਫਿਰ सिद्धार्थ ਮੋਹਨਟੀ ਬਹੁਤ ਇੰਪੋਰਟੈਂਟ IPO ਹੋਇਆ ਹੁਣੇ ਹੁਣੇ LIC ਦਾ IPO ਦੀ ਫੁੱਲ ਫਾਰਮ ਹੁੰਦੀ ਹੈ ਇਨੀਸ਼ੀਅਲ ਪਬਲਿਕ ਆਫਰਿੰਗ ਵਧੀਆ ਡੈਬਿਊ ਵੈਸੇ ਨਹੀਂ ਹੋਇਆ ਇਹਦਾ LIC ਦਾ ਬਟ ਦੇਖਦੇ ਆ ਕੀ ਬਣੂ ਦੁਨੀਆ ਦਾ ਤਾਂ ਅੰਤਰੇ ਦਾ ਹੋ ਜਾਂਦਾ ਹੈ ਕਿ ਬੀਸੀ ਪਟਨਾਹਰੀ ਐਮ ਆਰ ਕੁਮਾਰ ਇਸ ਦਾ ਕਰੈਕਟ ਆਨਸਰ ਤੇ ਚਾਰ ਜਿਹੜੇ ਐਮ ਡੀ ਨੇ ਐਮ ਡੀਆਂ ਦੇ ਨਾਂ ਧਿਆਨ ਰੱਖ ਲਓ ਚਾਰ ਕਿਹੜੇ-ਕਿਹੜੇ ਨੇ ਰਾਜ ਕੁਮਾਰ ਹੈ ਸਿਧਾਰਥ ਮੋਹਨਟੀ ਹੈ ਮਿਨੀ ਆਈਪੀ ਹੀ ਹੈ ਤੇ ਬੀਸੀ ਪਟਨਾਇਕ ਹੈ ਇਹ ਚਾਰ ਬਣੇ ਨੇ ਇਹਦੇ ਤੇ ਗਵਰਨਮੈਂਟ ਨੇ ਨੋਮੀਨੇਟ ਡਾਇਰੈਕਟਰ ਰੱਖਿਆ ਜਿਹਦਾ ਨਾਂ ਹੈ ਪੰਕਜ ਚੈਨ ਇੱਕ ਗਵਰਨਮੈਂਟ ਨੇ ਵੀ ਆ ਦੇਖੋ ਇੱਕ ਗਵਰਨਮੈਂਟ ਨੇ ਵੀ ਨੋਮੀਨੇਟ ਡਾਇਰੈਕਟਰ ਰੱਖਿਆ ਜਿਹਦਾ ਨਾਂ ਹੈ ਪੰਕਜ ਚੈਨ ਬਾਕੀ ਐਮ ਆਰ ਕੁਮਾਰ ਚੇਅਰਮੈਨ ਨੇ ਫਿਰ ਮੀਨੀ ਆਈਪੀ सिद्धार्थ 모ਹਨਟੀ ਬੀਸੀ ਪਟਨਾਇਕ ਤੇ ਰਾਜਕੁਮਾਰ ਕੌਰ ਨੇ ਮੈਨੇਜਿੰਗ ਡਾਇਰੈਕਟਰ ਇੱਕ ਸਰਕਾਰੀ ਜਿਹੜਾ ਬੰਦਾ ਰੱਖਿਆ ਹੋਇਆ ਕਿਦਾ ਨਾਮ ਹੈ ਹੋ ਜਾਂਦਾ ਉਹਦਾ ਨਾਮ ਹੋ ਜਾਂਦਾ ਹੈ ਪੰਕਜ ਜੈਨ ਤੇ LIC ਬਾਰੇ ਇੰਪੋਰਟੈਂਟ ਗੱਲਾਂ ਕੀ ਨੇ LIC ਕਿਹੜੇ ਸਾਲ ਵਿੱਚ ਬਣੀ ਸੀਗੀ 1956 ਵਿੱਚ LIC ਐਕਟ ਆਇਆ ਸੀ ਪਾਰਲੀਮੈਂਟ ਦਾ 1956 ਇਹਦੇ ਤਹਿਤ ਇਹਦੇ ਅੰਡਰ LIC ਬਣੀ ਸੀ ਚਲੋ ਬੀਜੇਪੀ ਦਾ ਪਹਿਲਾ ਮਸ਼ਾਲ ਤਾਰੀ ਮਸ਼ਾਲ ਤਾਰੀ ਮਤਲਬ ਕਿ ਪਹਿਲਾ ਬੰਦਾ ਬੀਜੇਪੀ ਦਾ ਕੋਈ ਜਿਹੜਾ ਲੋਕ ਸਭਾ ਵਿੱਚ ਗਿਆ ਸੀਗਾ ਉਹਦਾ ਨਾਂ ਸੀ ਸੀ ਜੰਗਾ ਰੈਡੀ ਉਹਦਾ ਦੇਹਾਂਤ ਹੋ ਗਿਆ ਸੀ ਰੀਸੈਂਟਲੀ ਬਟ ਕੱਲਾ ਉਹੀ ਨਹੀਂ ਸੀ ਉਹਦੇ ਨਾਲ ਇੱਕ ਹੋਰ ਬੰਦਾ ਗਿਆ ਸੀ 1984 ਜਿਹੜੀ ਲੋਕ ਸਭਾ ਸੀਗੀ ਉਹਦੇ ਨਾਲ ਦੂਜਾ ਬੰਦਾ ਕੌਣ ਸੀਗਾ ਅਟਲ ਵਿਹਾਰੀ ਵਾਜਪਈ ਐਲਕੇ ੜਵਾਨੀ ਨਰਿੰਦਰ ਮੋਦੀ ਸੀ ਜਾਂ ਫਿਰ ਏਕੇ ਪਟੇਲ ਕੌਣ ਸੀ ਸਰ ਮੈਨੂੰ ਇੱਕ ਗੱਲ ਸਮਝ ਨਹੀਂ ਆਂਦੀ ਜਦ ਅਸੀਂ ਵਾਕਿਆ ਦੀਆ ਕਲਾਸਾਂ ਦੇਖਦੇ ਇੰਨੇ ਸਾਰੇ ਲਾਈਕ ਹੁੰਦੇ ਤੇ ਲਾਈਵ ਵੀ ਤੁਹਾਡੀ ਵਿੱਚ ਇੰਨੇ ਕੱਟ ਕਿਉਂ ਹੁੰਦੇ ਨੇ ਇਹ ਤਾਂ ਤੁਸੀਂ ਦੱਸੋ ਤੁਸੀਂ ਕਿਉਂ ਨਹੀਂ ਕਰਦੇ ਲਾਈਕ ਤੇ ਲਾਈਵ ਮੈਂ ਕੀ ਕਹਾ ਹੁਣ ਮੈਂ ਹਾਈ ਮੈਂ ਕੀ ਕਹਾ ਇਹ ਤਾਂ ਦੇਖੋ ਤੁਹਾਡੇ ਉੱਤੇ ਹੈ یار ਦੇਖੋ ਕੁਝ ਨਹੀਂ ਚੱਲਦਾ ਰਹਿੰਦਾ ਕੰਮਕਾਰ ਆਪਾਂ ਵੀ ਜ਼ਿਆਦਾ ਕਹੀਦਾ ਨਹੀਂ ਮੈਂ ਕਹਾ ਚਲੋ ਪੜਾਉਣ ਤੇ ਰੱਖਦੇ ਆ ਆਪਾਂ ਫੋਕਸ ਬਾਕੀ ਦੇਖੋ ਸਰਦਾ ਯਾਰ ਕਨਫਿਊਜ਼ ਨਾ ਕਰੋ ਮਤਲਬ ਡਾਇਵਰਟ ਨਾ ਕਰੋ ਆਨਸਰ ਇਹਦਾ ਹੋ ਜਾਂਦਾ ਹੈ ਦੀ ਏ ਕੇ ਪਟੇਲ ਕਰਕੇ ਬੰਦੇ ਸੀਗੇ ਇਹ ਨੇ ਜੀ ਸੀ ਜੰਗਾ ਰੈਡੀ ਇਹਨਾਂ ਦਾ ਦਿਹਾਂਤ ਹੋ ਗਿਆ ਹੈ ਇਹ ਕਿੱਥੋਂ ਸੀਗੇ ਆ ਦੇਖੋ ਨੀਟੀਰ ਆਫ ਵਰੰਗਲ ਵਰੰਗਲ ਕਿੱਥੇ ਪੈਂਦਾ ਆਂਧਰਾ ਪ੍ਰਦੇਸ਼ ਵਿੱਚ ਐਮ ਐਲ ਏ ਸੀਗੇ ਐਮ ਪੀ ਸੀਗੇ 8ਵੀਂ ਲੋਕ ਸਭਾ ਦੇ 84 ਵਿੱਚ ਵਿੱਚ ਆਲਸੋ ਮਾਰਕਡ ਬੀ ਜੀ ਪੀ ਦਾ ਡੈਬਿਊ ਪਹਿਲੀ ਵਾਰੀ ਲੋਕ ਸਭਾ ਵਿੱਚ ਆਇਆ ਸੀ ਬੀ ਜੀ ਪੀ ਫੋਲੋਇੰਗ ਇੰਦਰਾ ਗਾਂਧੀ ਦੀ ਡੈਥ ਤੋਂ ਬਾਅਦ ਰੇਡੀ ਵਾਸ ਵਨ ਆਫ ਦਾ ਓਨਲੀ ਟੂ ਬੀਜੇਪੀ ਐਮਪੀ ਜਿਹੜੇ ਲੋਕ ਸਭਾ ਵਿੱਚ ਇਲੈਕਟ ਹੋਏ ਸੀਗੇ ਦੂਜਾ ਕੌਣ ਸੀਗਾ ਦੂਜਾ ਸੀਗਾ ਏ ਕੇ ਪਟੇਲ ਠੀਕ ਹੈ ਦੂਜਾ ਸੀਗਾ ਏ ਕੇ ਪਟੇਲ ਚਲੋ ਸੌਰਵ ਗਾਂਗੂਲੀ ਨੇ ਨੀਂ ਪੱਥਰ ਰੱਖਿਆ ਫਾਊਂਡੇਸ਼ਨ ਸਟੋਨ ਰੱਖਿਆ ਵਰਲਡ ਦੇ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ ਕਿੱਥੇ ਰੱਖਿਆ ਇਹ ਇਹ ਰੱਖਿਆ ਥਾਂ ਨਹੀਂ ਲਿਖੀ ਮੈਂ ਇਹ ਰੱਖਿਆ ਜੀ ਜੈਪੁਰ ਵਿੱਚ ਠੀਕ ਹੈ ਜੈਪੁਰ ਵਿੱਚ ਬਣਨ ਜਾ ਰਿਹਾ ਹੈ ਤਾਂ ਵਰਲਡ ਦਾ ਸਭ ਤੋਂ ਵੱਡਾ ਸਟੇਡੀਅਮ ਕਿੱਥੇ ਹੈ ਗਾਂਧੀ ਨਗਰ ਚ ਹੈ ਅਹਮਦਾਬਾਦ ਚ ਹੈ ਸੂਰਤ ਚ ਹੈ ਫਿਰ ਰਾਜਕੋਟ ਕਿੱਥੇ ਗਾਂਦੀਨਗਰ ਅਹਮਦਾਬਾਦ ਸੂਰਜ ਜਾਂ ਫਿਰ ਰਾਜਕੋਟ ਸਭ ਤੋਂ ਵੱਡਾ ਸਟੇਡੀਅਮ ਦੱਸੋ ਕਿੱਥੇ ਛੇਤੀ ਹਾਂਜੀ ਇਹਦਾ ਅੰਤਰ ਹੋ ਜਾਂਦਾ ਸਭ ਤੋਂ ਵੱਡਾ ਸਟੇਡੀਅਮ ਹੋ ਜਾਂਦਾ ਅਹਮਦਾਬਾਦ ਵਿੱਚ ਨਾ ਕੀ ਆ ਉਹਦਾ ਇਹ ਨਰਿੰਦਰ ਮੋਦੀ ਸਟੇਡੀਅਮ ਦਾ ਸੌਰਵ ਗਾਂਗੂਲੀ ਲੇਟ ਫਾਊਂਡੇਸ਼ਨ ਸਟੋਨਰ ਵਰਲਡ ਦਾ ਸਭ ਤੋਂ ਤੀਜਾ ਸਭ ਤੋਂ ਵੱਡਾ ਸਟੇਡੀਅਮ ਇਹ ਜੈਪੁਰ ਵਿੱਚ ਬਣਨ ਜਾ ਰਿਹਾ ਹੈ ਵਿਲ ਬੀ ਬਿਲਟ ਬਾਏ ਰਾਜਸਥਾਨ ਕ੍ਰਿਕਟ ਅਕੈਡਮੀ ਔਨ ਦਾ ਜੈਪੁਰ ਦਿੱਲੀ ਬਾਈਪਾਸ ਔਨ 100 ਏਕੜ ਆਫ ਲੈਂਡ ਇਨ ਜੈਪੁਰ ਕੈਪੈਸਿਟੀ ਕਿੰਨੀ ਹੋਣ ਵਾਲੀ ਹੈ ਦੀ 75000 ਐਕਸਪੈਕਟੇਟਰ ਦੀ ਕੈਪੈਸਿਟੀ ਹੋਣ ਵਾਲੀ ਹੈ ਸਭ ਤੋਂ ਵੱਡਾ ਸਟੇਡੀਅਮ ਕਿਹੜਾ ਹੈ ਇਹ ਹੈ ਜੀ ਨਰਿੰਦਰ ਮੋਦੀ ਸਟੇਡੀਅਮ ਸੀਗਾ ਜਿੱਥੇ ਨਮਸਤੇ ਟਰੰਪ ਕ੍ਰਿਕਟ ਰੈਲੀ ਹੋਈ ਸੀ 2000 20 ਵਿੱਚ ਹੋਈ ਸੀ ਕਿ ਟਰੰਪਾ ਜੀ ਉਸ ਟਾਈਮ ਤੇ ਇਸ ਵਾਰ ਇਸ ਸਾਲ 1000th ODI 1000ਵਾਂ ਵਨਡੇ ਮੈਚ ਖੇਡਿਆ ਗਿਆ ਇੰਡੀਆ ਤੇ ਵੈਸਟ ਇੰਡੀਜ਼ ਵਿਚਕਾਰ ਖੇਡਿਆ ਗਿਆ ਉਹਦੇ ਬਾਰੇ ਆਪਾਂ ਕੱਲ ਡਿਟੇਲ ਵਿੱਚ ਗੱਲਾਂ ਕੀਤੀਆਂ ਨੇ 1000th ODI ਬਾਰੇ ক্রিকেট ਬਾਰੇ ਬਹੁਤ سارے ਸਵਾਲ ਸੀਗੇ ਅੰਡਰ 19 ਕ੍ਰਿਕਟ ਵਰਲਡ ਕੱਪ ਬਾਰੇ ਸਵਾਲ ਸੀਗੇ ਆਪਾਂ ਪੜ੍ਹੇ ਕਿ ਪੁਰਾਣੇ ਜਿਹੜੇ ਵਰਲਡ ਕੱਪ ਨੇ ਕਿਹਨੇ ਕਿਹਨੇ ਜਿੱਤੇ ਨੇ ਕਿਹੜੇ ਕਿਹੜੇ ਸਾਲ ਜਿੱਤੇ ਨੇ ਮੈਨ ਆ ਉਹਦਾ ਸੀਰੀਜ਼ ਕੌਣ ਰਹਾ ਮੈਨ ਆ ਆਫ ਦਾ ਮੈਚ ਕੌਣ ਰਹਾ ਤਾਂ ਕੱਲ ਵਾਲੀ ਸਵਾਲ ਕਲਾਸ ਜੀ ਨੇ ਇਹ ਵਾਲੀ ਨਹੀਂ ਦੇਖੀ ਕਿਰਪਾ ਕਰਕੇ ਦੇਖ ਕੇ ਆਓ ਪੇਪਰ 'ਚ ਸਵਾਲ ਫਸਟ ਦੀ ਬਹੁਤ ਜ਼ਿਆਦਾ ਉਮੀਦ ਠੀਕ ਹੈ ਤਾਂ ਕਰੰਟਲੀ ਨਰਿੰਦਰ ਮੋਦੀ ਸਟੇਡੀਅਮ ਜਿਹਦਾ ਨਾਂ ਪਹਿਲਾਂ ਹੁੰਦਾ ਸੀ ਮੋਟੇਰਾ ਸਟੇਡੀਅਮ ਅਹਮਦਾਬਾਦ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਹੈ 132000 ਦੀ ਕੈਪੈਸਿਟੀ ਹੈ ਦੂਜੇ ਨੰਬਰ ਤੇ ਸਟੇਡੀਅਮ ਕਿਹੜਾ ਹੈ ਆਸਟ੍ਰੇਲੀਆ ਦਾ ਮੈਲਬੌਰਨ ক্রিকেট ਗਰਾਊਂਡ ਹੈ ਮੈਲਬੌਰਨ ਵਿੱਚ ਆਬਵੀਅਸਲੀ ਇਹਦੀ ਕੈਪੈਸਿਟੀ ਕਿੰਨੀ ਹੈ 124 ਬੰਦੇ ਬੈਠ ਸਕਦੇ ਨੇ ਤੇ ਤੀਜੇ ਨੰਬਰ ਤੇ ਕਿੱਥੇ ਬਣਨ ਜਾ ਰਿਹਾ ਹੈ ਦਿੱਲੀ ਚੈਪੁਰ ਬਾਈਪਾਸ ਤੇ ਬਣਨ ਜਾ ਰਿਹਾ ਹੈ ਕੈਪੈਸਿਟੀ ਕਿੰਨੀ ਦੱਸੀ ਹੈ ਉਹਦੀ 75000 ਹੈ ਨਾ 75 ਹਾਂ 75000 ਤਾਂ ਇਹ ਵੀ ਧਿਆਨ ਰੱਖਿਓ ਮਾੜ ਸੋ ਰੇਜੇਬਿਲਿਟੀ ਕਰਕੇ ਇੰਡੀਆ ਦਾ ਪਹਿਲਾ AI ਯਾਨੀ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬੇਸਡ ਜੌਬ ਪਲੈਟਫਾਰਮ ਫਾਰ ਪਰਸਨਸ ਵਿਦ ਡਿਸੇਬਿਲਿਟੀ ਬਣਾਇਆ ਹੈ ਕਿਹੜੀ IT ਨੇ ਬਹੁਤ ਹੀ ਇੰਪੋਰਟੈਂਟ ਹੈ ਜਿੱਦਾਂ ਕਿ नौकरी.com ਹੋ ਗਿਆ ਮੌਨਸਟਰ.com ਹੋ ਗਿਆ ਸ਼ਾਇਨ ਹੋ ਗਿਆ ਬਟ ਇੱਕ ਹੁਣ ਜਿਹੜਾ ਡਿਸੇਬਲਡ ਬੰਦਾ ਹੈ ਮੰਨ ਲਓ ਨਿਗਾਹ ਉਹਦੀ ਕਮਜ਼ੋਰ ਹੈ ਕੁਝ ਵੀ ਡਿਸੇਬਿਲਿਟੀ ਹੈ ਤਾਂ ਉਹਨਾਂ ਲਈ ਹੈ ਵੀ ਡਿਸੇਬਲਡ ਬੰਦਾ ਹੈ ਉਹਦੇ ਲਈ ਪ੍ਰੋਪਰਲੀ ਇੱਕ ਜੌਬ ਪਲੈਟਫਾਰਮ AI ਬੇਸਡ ਚਲਾ ਕੇ ਤਾਂ ਕਿਹੜੀ IT ਨੇ ਬਣਾਇਆ ਦਿੱਲੀ ਬੰਬਈ ਮਦਰਾਸ ਹਾਈਦਰਾਬਾਦ दिल्ली बॉम्बे मद्रास हैदराबाद मद्रास नहीं है आंसर हो जाता है, हैदराबाद हो जाता है तो आप देखो स्वराजेबिलिटी करके करके है इधर इन्होंने पूछा है लेट मी नो इफ यू आर डिफरेंटली एबल, आर यूर परसन विथ डिसबिलिटी दस अ वीडियो असिस्टेंट दैट असिस्ट द कैंडिडेट टू रजिस्टर एंड वीडियो एंड क्रिएट वीडियो रिज्यूम ਮਤਲਬ ਤੁਸੀਂ ਸੋਨੋ ਜ਼ਰੂਰੀ ਨਹੀਂ ਲਿਖਣਾ ਹੈ ਤੁਸੀਂ ਵੀਡੀਓ ਰੈਜ਼ਿਊਮ ਬਣਾ ਸਕਦੇ ਹੋ ਆਪਣਾ ਉਹ ਸਭ ਹੈ ਕੀ ਕਹਿੰਦੇ ਨੇ ਲਾਂਚਡ ਬਾਏ ਆਈਟੀ ਹਾਈਦਰਾਬਾਦ ਇਹ ਜੋਬ ਪੋਰਟਲ ਹੈ ਪਾਵਰਡ ਬਾਏ ਏਆਈ ਜਿਹੜੇ ਕਿ ਡਿਸੇਬਲਡ ਲੋਕਾਂ ਨੇ ਉਹਨਾਂ ਨੂੰ ਜਿਹੜੇ ਉਹਨਾਂ ਕੋਲ ਸਕਿੱਲ ਨੇ ਉਹਨਾਂ ਦੇ ਰਿਲੇਵੈਂਟ ਉਹਨਾਂ ਨੂੰ ਜੋਬ ਪ੍ਰੋਵਾਈਡ ਕਰੋਗੇ ਬਹੁਤ ਹੀ ਵਧੀਆ ਗੱਲ ਹੈ ਇਹ ਤਾਂ ਇੰਸਟੀਚਿਊਟ ਨੇ ਕਿਹਦੇ ਨਾਲ ਮਿਲ ਕੇ ਬਣਾਇਆ ਇਹ ਯੂਥ ਫਾਰ ਜੋਬਸ ਕਰਕੇ ਪਲਸ ਪਲੈਟਫਾਰਮ ਹੈ ਵਿਜ਼ੂਅਲ ਕੁਐਸਟ ਤੀਜਾ ਕਿਹੜਾ ਹੈ ਕੋਟਕ ਮਹਿੰਦਰਾ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਨੇ ਇਹਨੂੰ ਫੰਡ ਕੀਤਾ ਹੈ ਤਾ 21 ਮਿਲੀਅਨ ਦੇ ਨੇੜੇ ਤੇੜੇ ਡਿਸੇਬਲਡ ਲੋਕ ਨੇ ਕੰਟਰੀ ਵਿੱਚ ਤੇ 70% ਆਫ ਆਫ ਥੇਮ ਆਰ ਅੰਡਰ ਇਮਪਲੋਇਮੈਂਟ ਜਾਂ ਫਿਰ ਅਨਇਮਪਲੋਇਡ ਤਾਂ ਜੀ ਇਹ ਬਹੁਤ ਹੀ ਵਧੀਆ ਸਟੈਪ ਚੱਕਿਆ ਹੋਇਆ ਹੈ ਸਪான்ਸਰ ਕਿਹਨੇ ਕੀਤਾ ਕੋਟਕ ਮਹਿੰਦਰਾ ਬੈਂਕ ਨੇ ਕੀਤਾ ਸਵਰਾਜ ਐਬਿਲਿਟੀ ਬਣਾਈ ਕਿਨੇ ਆਈ ਆਈਟੀ ਹਾਈਦਰਾਬਾਦ ਨੇ ਬਣਾਈ ਹੈ ਦੇਖੋ ਮੈਨੂੰ ਪਤਾ ਹੈ ਬਹੁਤ ਹੀ ਬੋਰਿੰਗ ਕਲਾਸ ਲੱਗ ਰਹੀ ਹੋਣੀ ਤੁਹਾਨੂੰ ਕਿ ਇੰਨੀ ਡਿਟੇਲ ਵਿੱਚ ਕਰਾਉਣਾ ਪੈ ਰਿਹਾ ਬਟ ਪੇਪਰ ਵੀ ਤੁਹਾਡੇ ਕੋਲ ਡਿਟੇਲ ਵਿੱਚ ਆਏ ਸੀ ਜੇ ਤੁਹਾਨੂੰ ਨੈਪ ਤਹਿਸੀਲਦਾਰ ਦਾ ਪੇਪਰ ਯਾਦ ਹੋਵੇ ਉਹਦੇ ਵਿੱਚ ਰਾਈਸੀਨਾ ਡਾਇਲੋਗ ਦੇ ਉੱਤੇ ਕੁਐਸਚਨ ਆਏ ਸੀਗੇ ਤਿੰਨ ਚਾਰ ਪੁਆਇੰਟ ਆਏ ਸੀਗੇ ਤੇ ਜਦੋਂ ਮੈਂ ਡਿਟੇਲ ਵਿੱਚ ਕਰਾਇਆ ਸੀ ਮੈਂ ਸਾਰੇ ਦੱਸੇ ਸੀ ਸੱਤਵਾਂ ਪਾਠ ਹੈ ਯੂਰੋਪੀਅਨ ਯੂਨੀਅਨ ਦੀ ਪ੍ਰਧਾਨ ਆਈ ਹੋਈ ਅਰਸਲਾ ਇੰਡੀਆ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਫੋਰਨ ਉੱਤੇ ਫੋਰਨ ਪੋਲਿਸੀ ਤੇ ਇਹ ਸਾਰੇ ਸਵਾਲ ਕਰਾਈ ਸੀ ਤੇ ਇਹ ਸਾਰੇ ਸਵਾਲ ਉਹਦੇ ਵਿੱਚ ਆਏ ਨੇ ਤਾਂ ਹੀ ਮੈਂ ਕਰਾ ਰਿਆ ਹੈ ਜੇ ਕਿਉਂਕਿ ਪੇਪਰ ਵਿੱਚ ਵਨ ਲਾਈਨਰ ਆ ਸਕਦਾ ਆਊਗਾ ਐਕਸਾਈਜ਼ ਇਨਸਪੈਕਟਰ ਵਿੱਚ ਬਟ ਕੋਆਪਰੇਟਿਵ ਵਿੱਚ ਵੀ ਇਹਦੇ ਵਿੱਚੋਂ ਸਵਾਲ ਆਉਣਗੇ ਤਾਂ ਮੈਂ ਥੋੜਾ ਐਕਸਟਰਾ ਕਰਾ ਰਿਆ ਇਹਦੇ ਵਿੱਚ ਹੋ ਸਕਦਾ ਤੁਹਾਡੇ ਕੋਲ ਸਿੱਧਾ ਪੁੱਛ ਲੈ ਕਿ ਆਈਆਈਟੀ ਹਦਰਾਬਾਦ ਨੇ ਸਵਰਾਜੇਬਿਲਿਟੀ ਬਣਾਈ ਇਹਨੂੰ ਸਪான்ਸਰ ਕਿਹਨੇ ਕੀਤਾ ਤਾਂ ਜੇ ਤੁਸੀਂ ਇਹ ਐਕਸਪਲੇਨੇਸ਼ਨ ਨਹੀਂ ਪੜੇ ਤਾਂ ਤੁਹਾਨੂੰ ਆਨਸਰ ਨਹੀਂ ਪੜ ਪਤਾ ਹੋਊਗਾ ਆਨਸਰ ਹੋ ਜਾਂਦਾ ਕੋਟਕ ਮਹਿੰਦਰਾ ਬੈਂਕ ਤਾਂ ਕਲਾਸਿਸ ਬੋਰਿੰਗ ਜ਼ਰੂਰ ਲੱਗਣਗੀਆਂ ਤੁਹਾਨੂੰ ਪਰ ਟੈਂਸ਼ਨ ਨਾ ਲੋ ਠੀਕ ਹੈ ਬਲਜਿੰਦਰ ਕੌਰ ਇੰਗਲਿਸ਼ ਤੇ ਪੰਜਾਬੀ ਦੋਨਾਂ ਵਿੱਚ ਐਦਾਂ ਤਾਂ ADB ਹੈ ਏਸ਼ੀਆਨ ਡਿਵੈਲਪਮੈਂਟ ਬੈਂਕ ਨੇ ਰਿਕਾਰਡ 4.6 ਬਿਲੀਅਨ ਡਾਲਰ ਦੇ ਲੋਨ ਦਿੱਤੇ ਸੀ ਇੰਡੀਆ ਨੂੰ ਪਿਛਲੇ ਸਾਲ 2021 ਦੀ ਗੱਲ ADB ਦਾ ਸਭ ਤੋਂ ਵੱਡਾ ਸ਼ੇਅਰਹੋਲਡਰ ਕੌਣ ਹੈ ਏਸ਼ੀਆਨ ਡਿਵੈਲਪਮੈਂਟ ਬੈਂਕ ਦਾ ਬੈਂਕ ਦਾ ਆਪਾਂ NDB ਬਾਰੇ ਗੱਲਾਂ ਕਰਦੇ ਯਾਦ ਹੈ ਆਪਾਂ AIIB ਬਾਰੇ ਗੱਲ ਕੀਤੀ ਸੀ ਕੱਲ ਯਾਦ ਹੈ ਉਰਜੀਤ ਪਟੇਲ ਵੱਲੋਂ ਸਵਾਲ ਆਇਆ ਸੀ ਹੁਣ ਅੱਗੇ ਗੱਲ ADB ਬਾਰੇ ਤਾਂ ਸਭ ਤੋਂ ਵੱਡਾ ਸ਼ੇਅਰਹੋਲਡਰ ਕੌਣ ਹੈ USA ਜਾਪਾਨ ਚਾਈਨਾ ਆਸਟ੍ਰੇਲੀਆ ਜਾਂ ਫਿਰ ਟਾ 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 ਦੱਸੋ ਇਹ ਪਤਾ ਹੀ ਨਹੀਂ ਹੋਣਾ ਹੈ ਨਾ हां हां जी हां जी नीती का खेरा लिए बस वही रब दी मेहर है देखो मेहनता देखो आपा ਕੀਤੀ ਹੋਈ ਨੇ मेहनता ਤੁਸੀਂ ਸਾਡੇ ਨਾਲ ਕੀਤੀ ਹੋਈ ਆ ਪੇਪਰ ਤੁਹਾਡਾ ਪਾਸ ਹੋ ਜਾਊਗਾ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਦੇਖੋ ਅਸੀਂ ਨਾ ਮੇਰਾ ਟਰਾਈ ਰਹਿੰਦਾ ਕਿ ਮੈਂ 100% ਸਵਾਲ ਕਰਾ ਦੂ ਕਰੰਟ ਅਫੇਅਰ ਬਟ ਕਲਾਸ ਵਿੱਚ ਸਾਰੇ ਨਹੀਂ ਹੋ ਸਕਦੇ ਤੇ 80% ਦੇ ਅਰਾਊਂਡ ਕਰਾ ਦੇਣਾ ਤਾਂ ਹੀ ਜਿਹੜਾ ਮੈਂ ਸੂਰਮਾ 2 ਬੈਚ ਸ਼ੁਰੂ ਕੀਤਾ ਉਹ ਤਾਂ ਹੀ ਸ਼ੁਰੂ ਕੀਤਾ ਇਹ ਵਾਲਾ ਸਾਰਾ ਤਾਂ ਉਹਦੇ ਵਿੱਚ ਰਿਵਾਈਜ਼ ਹੁੰਦਾ ਹੀ ਹੁੰਦਾ ਬਟ ਉਹਦੇ ਅੰਦਰ ਜਿਹੜਾ ਕੁਐਸਚਨ ਬੈਂਕ ਹੁੰਦਾ ਕੁਐਸਚਨ ਬੈਂਕ ਦੇ ਅੰਦਰ ਕਾਫੀ ਸਾਰੇ ਐਕਸਟਰਾ ਕੁਐਸਚਨ ਨੇ ਤਾਂ ਕੱਲ੍ਹ ਲੱਗੂਗੀ ਕਲਾਸ ਸ਼ਨੀਵਾਰ ਨੂੰ ਦੋ ਤੋਂ ਤਿੰਨ ਉਹ ਜ਼ਰੂਰ ਲਾਓ ਤਾਂ ਅੰਤਰ ਕੀ ਹੋ ਜੂਗਾ ਇਹਦਾ ਇਹਦਾ ਅੰਤਰ ਹੋ ਜਾਂਦਾ ਹੈ 1 and 2 ਯਾਨੀ ਕਿ ਯੂਐਸਏ ਤੇ ਜਾਪਾਨ ਕੋਲ ਸਭ ਤੋਂ ਵੱਡੇ ਸ਼ੇਅਰਹੋਲਡਰ ਨੇ ਕਿੱਦਾਂ ਨੇ ਹੁਣ ਇਹ ਪੜੋ ਮਾੜਾ ਜਾ ਤਾਂ ਇੱਕ ਤਾਂ ਏਡੀਬੀ ਨੇ ਲੈਂਡ ਕਰਤੇ 4.6 ਬਿਲੀਅਨ ਡਾਲਰ ਇੰਡੀਆ ਨੂੰ ਦਿੱਤੇ ਸੀਗੇ ਆਫੀਸ਼ੀਅਲ ਡਾਟਾ ਏਡੀਬੀ ਕੋਈ ਚੱਕਰ ਨਹੀਂ ਹੈ ਹੁਣ ਇੰਪੋਰਟੈਂਟ ਗੱਲਾਂ ਨੇ ਏਡੀਬੀ ਬਾਰੇ एनडीबी ਕਿੱਥੇ ਸੀਗਾ ਸ਼ੰਖਾਈ ਵਿੱਚ ਪ੍ਰਧਾਨ ਕੌਣ ਸੀਗਾ ਮਾਰਕੋਸ ਪ੍ਰਾਡੋ ਤੁਰੈਜੋ ਇਧਰ ਕੀ ਹੈ ਇਹਦਾ ਹੈੱਡਕੁਆਰਟਰ ਮਨੀਲਾ ਮਨੀਲਾ ਕਿਸੇ ਪੈਂਦਾ ਹੈ ਫਿਲੀਪੀਨਸ ਵਿੱਚ ਏਡੀਬੀ ਦਾ ਰੀਜਨਲ ਡਿਵੈਲਪਮੈਂਟ ਬੈਂਕ ਜਿਹੜਾ ਸਟੈਬਲਿਸ਼ ਹੋਇਆ ਸੀਗਾ 1966 ਵਿੱਚ ਤੇ ਇਹਦੇ ਸ਼ੇਅਰਹੋਲਡਰ ਵਿੱਚ 49 ਡਿਵੈਲਪਿੰਗ ਤੇ ਡਿਵੈਲਪਡ ਕੰਟਰੀਜ਼ ਨੇ ਤੇ ਹਾਂ ਬਸ ਠੀਕ ਹੈ ਐਜ਼ ਆਫ ਦਿਸੰਬਰ 2020 ਆ ਵੇਖੋ ਇਹ ਵਾਲੀ ਲਾਈਨ ਪੜੋ ਹੁਣ ਇਹ ਵਾਲਾ ਪੈਰਾ ADB ਦੇ ਪੰਜ ਸਭ ਤੋਂ ਵੱਡੇ ਸ਼ੇਅਰਹੋਲਡਰ ਕੌਣ-ਕੌਣ ਨੇ ਜਾਪਾਨ ਤੇ ਯੂਨਾਈਟਿਡ ਸਟੇਟ ਜਿਨ੍ਹਾਂ ਕੋਲ 15.6% 15.6% ਹੈ ਦੂਜੇ ਨੰਬਰ ਤੇ ਚਾਈਨਾ ਜਿਹਦੇ ਕੋਲ 6.4% ਹੈ ਤੀਜੇ ਨੰਬਰ ਤੇ ਇੰਡੀਆ ਜਿਹਦੇ ਕੋਲ 6.3% ਹੈ ਤੇ ਚੌਥੇ ਨੰਬਰ ਤੇ ਆਸਟ੍ਰੇਲੀਆ ਜਿਹਦੇ ਕੋਲ 5.8% ਹੈ ਠੀਕ ਹੈ ਇਹ ਗੱਲਾਂ ਧਿਆਨ ਰੱਖੋਗੇ ਜਤਵਿੰਦਰ ਭਾਜੀ ਪੁਰਾਣੀ ਗੱਲ ਨਹੀਂ ਹੋਗੀ ਉਹ ਠੀਕ ਹੈ ਇਹ ਗੱਲਾਂ ਧਿਆਨ ਰੱਖੋਗੇ 1966 ਬਹੁਤ ਇੰਪੋਰਟੈਂਟ ਹੈ ਇਹ ਪੰਜਾਬੀ ਵਿੱਚ ਗੱਲਾਂ ਲਿਖੀਆਂ ਨੇ ਟੈਨਸ਼ਨ ਨਹੀਂ ਲੈਣੀ ਮੈਂ ਦਿੱਤਾ ਕਿ ਹੈ ਇੰਗਲਿਸ਼ ਨਾਲ ਪੰਜਾਬੀ ਆਉਗੀ ਆਉਗੀ ਤਾਂ ਇਹ ਤੁਹਾਡੇ ਸਾਹਮਣੇ ਹੈ ਸਾਰਾ ਪੰਜਾਬੀ ਵਿੱਚ ਬਿਓਰਾ ਮਿਲ ਜਾਊਗਾ ਠੀਕ ਹੈ ਪ੍ਰਧਾਨ ਦਾ ਨਾਮ ਸੌਰੀ ਮੈਂ ਬੋਲਣਾ ਦੱਸਣਾ ਭੁੱਲ ਗਿਆ ਮਸਾਤ ਸੁਗੂ ਆਸਾਕਾਵਾ ਐਨ ਡੀਬੀ ਦੇ ਕੌਣ ਨੇ ਮਾਰਕੋਸ ਪ੍ਰਾਡੋ ਤੁਰੈਜੋ ਏ ਆਈ ਆਈਬੀ ਤੇ ਕੌਣ ਨੇ ਜਿਨ ਲਿਕਵਿਨ ਏ ਡੀਬੀ ਦੇ ਕੌਣ ਨੇ ਮਸਾਤ ਸੁਗੂ ਆਸਾਕਾਵਾ ਕਹਿੰਦੇ ਸਰ ਆਕਾ ਕਾਕਾ ਕਾਵਾ ਕੀ ਕਿਦਾਂ ਕਿਦਾਂ ਰਹਿ ਗਏ ਕੱਬੇ ਕੱਬੇ ਜਨਾ ਰਿਪੀਟਡ ਰੀਡਿੰਗ ਰਿਪੀਟਡ ਰਿਵੀਜ਼ਨ ਹੋਰ ਕੁਝ ਨਹੀਂ ਹੈ टैटूनी कराया ਹੋਇਆ ਮੈਂ ਕਿਤੇ ਇਹ ਕੁਝ ਨਹੀਂ ਹੈ ਵੀ ਮੈਂ ਦੇਖ ਦੇਖ ਕੇ ਪੜ ਰਹਾ ਹਾਂ ਰਿਪੀਟਿਡ ਰੀਡਿੰਗ ਰਿਪੀਟਿਡ ਰਿਵੀਜ਼ਨ ਕਰੰਟ ਅਫੇਅਰ ਇਦਾਂ ਹੀ ਯਾਦ ਹੋਣਗੇ ਐਨ ਡੀਬੀ ਨਿਊ ਡਿਵੈਲਪਮੈਂਟ ਬੈਂਕ ਦਾ ਪ੍ਰਧਾਨ ਕੌਣ ਹੈ ਮਾਰਕੋਸ ਪ੍ਰਾਡੋ ਤੋਰੇਜੋ ਬ੍ਰਾਜ਼ੀਲ ਤੋਂ ਏ ਆਈ ਆਈ ਬੀ ਉਹਦਾ ਪ੍ਰਧਾਨ ਕੌਣ ਹੈ ਜਿਨ ਲਿਕਵਿਨ ਚਾਈਨਾ ਤੋਂ ਏ ਡੀਬੀ ਏਸ਼ੀਅਨ ਡਿਵੈਲਪਮੈਂਟ ਬੈਂਕ ਇਹਦਾ ਪ੍ਰਧਾਨ ਕੌਣ ਹੈ ਮਸਾਦ ਸੁਗੂ ਆਸਾਕਾਵਾ ਇਦਾਂ ਯਾਦ ਰੱਖ ਲੈਣਾ ਠੀਕ ਹੈ لیکن ابھی تو یونیورسٹی ڈگری نہیں ملی تو میں گریجویشن کا ڈاکومنٹ اپلوڈ کرتے ہوئے لاسٹ سم کا ڈی ایم سی یوگیش گڑھ تھونو وہ دیتھی ہونی انہوں نے نا پروویژنل ڈگری ہندی ہے تو وہ اپلوڈ کر دیو پروویژنل ڈگری ہندی ہے وہ اپلوڈ کر دیو چلو اگے گورنمنٹ اف انڈیا نے بنایا سونالی سنگھ نو اے دا نواں کنٹرولر جنرل اف اکاؤنٹس ان ایڈیشنل چارج تا ہجے تک پراپر نہیں بنے ہجے بھی ایڈیشنل چارج دتا ہوا سونالی سنگھ نو تا کیدی تھا آئے نے ہے کیدی کینو ریپلیس کیتا سونالی سنگھ نے ਜੀਸੀ ਮੁਰਮੂ ਨੂੰ ਮਨੋਤ ਸਿੰਘ ਨੂੰ ਦੀਪਕ ਦਾਸ ਜਾਂ ਫਿਰ ਵਿਕਰਮਦੇਵ ਦਾਤ ਨੂੰ ਕਿਹਨੂੰ ਰਿਪਲੇਸ ਕੀਤਾ ਹਾਂ ਉਹ ਹੀ ਕਹਿ ਰਿਹਾ ਤਿੰਨ ਚਾਰ ਦਿਨ ਹੋ ਗਏ ਸਤਵੀਂਦਰ ਮੇਰੇ ਵੀਰ ਪੁਰਾਣੀ ਗੱਲ ਹੋ ਗਈ ਤਿੰਨ ਕਿ ਦਿਨ ਹੋ ਗਏ ਉਹਦੇ ਬਾਰੇ 50% ਨੰਬਰ ਕੰਪਲਸਰੀ ਪੰਜਾਬੀ ਐਲੀਜੀਬਿਲਿਟੀ ਟੈਸਟ ਹੁਣ ਕਨਫਿਊਜ਼ਨ ਥੋੜੀ ਜੀ ਇਹ ਹੈ ਜਾਂ ਤਾਂ ਇਹ ਐਦਾ ਕਰਨਗੇ ਕਿ ਹਰ ਵਾਰੀ ਪੇਪਰ ਵਿੱਚ ਦੋ ਪੇਪਰ ਲੈਣਗੇ ਪਰ ਉਹ ਕਾਫੀ ਟਫ ਹੋ ਜਾਊਗਾ ਤਾਂ ਮੋਸਟ ਪ੍ਰੋਬਬਲੀ ਇਹ ਲੱਗ ਰਿਹਾ ਵੀ ਸਾਲ ਵਿੱਚ ਮੰਨ ਲਓ ਦੋ ਵਾਰਿਆ ਤਿੰਨ ਵਾਰ ਪੇਪਰ ਲੈ ਲਿਆ ਤਾਂ ਉਹਦੀ ਐਲੀਜੀਬਿਲਟੀ ਦੱਸਦੀ ਕਿ ਹੁਣ ਕਿਹੇ ਸਾਲ ਪਰਲੇ ਅਲੀਜੀ ਬਿਲੋ ਤੁਸੀਂ ਦੇ ਸਕਦੇ ਹੋ ਇਹਦਾ ਫਾਇਦਾ ਕੀ ਹੋ ਜਾਊਗਾ ਕਿ ਜਿਹੜੇ ਬਾਹਰਲੀ ਸਟੇਟ ਵਾਲੇ ਹੁੰਦੇ ਸੀ ਨਾ ਪੰਜਾਬੀ ਦਾ ਪੇਪਰ ਲੈ ਕੇ ਬਸ ਪੂਰੇ ਪੂਰੇ ਨੰਬਰ ਲੈ ਕੇ ਪਾਸ ਹੋ ਜਾਂਦੇ ਸੀ ਉਹ ਛੰਟਣੀ ਸ਼ੁਰੂ ਹੋ ਜੂਗੀ ਹੁਣ ਹੈਨਾ ਇਹ ਵਧੀਆ ਹੋਇਆ ਗੱਲ ਤਾਂ ਆਨਸਰ ਬਿਲਕੁਲ ਠੀਕ ਹੋ ਜਾਂਦਾ ਹੈ ਦੀਪਕ ਦਾਸ ਇਸ ਦਾ ਕਰੈਕਟ ਆਨਸਰ ਠੀਕ ਹੈ ਦੀਪਕ ਦਾਸ ਇਸ ਦਾ ਕਰੈਕਟ ਆਨਸਰ ਚਲੋ ਇਹਨੇ ਸੁਣਾਲੀ ਭੈਣ ਜੀ ਅਗਲਾ ਸਵਾਲ ਇੱਕ ਕਿਤਾਬ ਹੈ 골ਡਨ ਬாய் ਨੀਰਜ ਚੋਪੜਾ ਇਹ ਰੀਸੈਂਟਲੀ ਰਿਲੀਜ਼ ਕੀਤੀ ਪੰਜਾਬ ਤੋਂ ਸਵਾਲ ਆ ਤਾਂ ਜ਼ਰੂਰੀ ਹੈ ਇਹਨੂੰ ਕਿਹਨੇ ਲਿਖਿਆ ਸੀ ਨਵਦੀਪ ਸਿੰਘ ਗਿੱਲ ਜਗਜੀਤ ਸਿੰਘ ਦਰੜੀ ਅਰ ਮੋਹਿੰਦਰ 베ਦੀ ਜਾਂ ਫਿਰ ਇਕਬਾਲ ਸਿੰਘ ਕੇ ਨੇ ਲਿਖਿਆ ਇਹ ਇੱਕ ਵਾਰ ਲਾਈਕ 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 ਕਰ ਦੋ ਯੂ نو ਮਾਲਵਾ 벨ਟ ਜੋਂ ਸਰ ਪੀਡੀਐਫ ਨਹੀਂ ਮਿਲਦੀ ਪੀਡੀਐਫ ਦੇ ਬਹੁਤ دیਵਾਨੇ ਹੋ ਤੁਸੀਂ ਹੈਨਾ ਮੈਨੂੰ ਤਾਂ ਲੱਗਦਾ ਜਿੱਦਾਂ ਸੁਪਨੇ ਚੋਂ ਸੌਂਦੇ ਸੌਂਦੇ ਸਾਰੇ ਕਹਿੰਦੇ ਹੋਣੇ ਹਾਈ ਹੋਏ ਪੀਡੀਐਫ ਹਾਈ ਹੋਏ ਪੀਡੀਐਫ ਨਹੀਂ ਦਿੱਤੀ ਸਰ ਨੇ ਹਾਈ ਹੋਏ ਪੀਡੀਐਫ ਨਹੀਂ ਦਿੱਤੀ ਸਰ ਨੇ ਕੋਈ ਨਾ ਅੱਜ ਟੈਲੀਗ੍ਰਾਮ ਤੇ ਚਾਰ ਪਾਰਟ ਨਾ ਚਾਰੇ ਪਾਰਟ ਦੀ ਇਕੱਲੇ ਸਿੱਟ ਦੂੰਗਾ ਉੱਤੇ ਇਕੱਠੀ ਸਿੱਟ ਦੂੰਗਾ ਪਤਾ ਪੀਡੀਐਫ ਤਾਂ ਕਿਉਂ ਨਹੀਂ ਇਹ ਦੇਖ ਇੱਕ ਤਾਂ ਪਤਨ ਲੋਕਾਂ ਨੂੰ ਉਹ ਕੀ ਹੈ ਸਵਾਦ ਆਉਂਦਾ ਨਾ ਸਪੈਮ ਕਰਨ ਦਾ ਇੱਕ ਵਾਰ ਲਿਖਦਾ ਸਰ ਪੀਡੀਐਫ ਨਹੀਂ ਮਿਲਦੀ ਕਾਪੀ ਪੇਸਟ ਐਂਟਰ ਕਾਪੀ ਪੇਸਟ ਐਂਟਰ ਕਾਪੀ ਪੇਸਟ ਐਂਟਰ ਓਹ ਸੌਰੀ ਨਵਦੀਪ ਸਿੰਘ ਗਿੱਲ ਨੇ ਲਿਖੇ ਨੀਰਤ ਚੋਪੜਾ ਤੇ ਜਗਦੀਸ਼ ਸਿੰਘ ਡੱਡੀ ਨੂੰ ਪਦਮ ਸ਼੍ਰੀ ਮਿਲਿਆ ਸੀ ਚੜ੍ਹਦੀ ਕਲਾ ਵਾਲੇ ਨੇ ਚੜ੍ਹਦੀ ਕਲਾ ਟੀਵੀ ਵਾਲੇ ਹਰ ਮੋਹਿੰਦਰ ਵੈਦੀ ਇਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀ ਤੇ ਬਾਬਾ ਇਕਬਾਲ ਸਿੰਘ ਇਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀ ਇੱਕ ਹੋਰ ਪਦਮ ਸ਼੍ਰੀ ਮਿਲਿਆ ਸੀ ਉਹ ਮਿਲਿਆ ਸੀ ਨਹੀਂ ਸੋਰੀ ਜਗਦੀਸ਼ ਸਿੰਘ ਡੱਡੀ ਹਰ ਮੋਹਿੰਦਰ ਸਿੰਘ ਵੈਦੀ ਇਕਬਾਲ ਸਿੰਘ ਹਾਂ ਤੇ ਚੌਥਾ ਪਦਮ ਸ਼੍ਰੀ ਮਿਲਿਆ ਸੀ ਪ੍ਰੇਮ ਸਿੰਘ ਜੀ ਨੂੰ ਤੇ ਪੰਜਾਬ ਨੂੰ ਇੱਕ ਪਦਮ ਪੂਸ਼ਨ ਮਿਲਿਆ ਸੀ ਉਹ ਮਿਲਿਆ ਸੀ ਗੁਰਮੀਤ 바ਵਾ ਨੂੰ ਚਲੋ ਬੁੱਕ ਟਾਈਟਲ ਇਹ ਹੈ ਇਹ ਨੇ ਜੀ ਨਵਦੀਪ ਸਿੰਘ ਗਿੱਲ ਅੰਦਰ ਅੱਗੇ ਬੈਠੇ ਨੇ ਵਾ ਲੈ ਖੜੇ ਹੋਏ ਨੇ ਆਹ ਹੈ ਜੀ ਕਿਤਾਬ ਭਾਰਤ ਦਾ ਪਹਿਲਾ 올림픽 ਚੈਂਪੀਅਨ ਐਥਲੀਟ ਗੋਲਡਨ ਬாய் ਗੋਲਡਨ ਬாய் ਬਈ ਨੇ ਪੰਜਾਬੀ ਵਿੱਚ ਹੀ ਲਿਖਤਾ ਹੈ ਇਹ ਵੀ ਹੈ ਪੰਜਾਬੀ ਵਧੀਆ ਲੱਗਦਾ ਸੁਨਹਿਰੀ ਮੁੰਡਾ ਹੈ ਨਾ ਤਾਂ ਗੋਲਡਨ ਬாய் ਨਿਰਜ ਚੋਪੜਾ ਇਹ ਲਿਖੀਆ ਕਿਤਾਬ ਅੱਗੇ ਤਾਂ ਜੀ ਨੈਟੋ ਦੇ ਜਿਹੜੇ ਚੀਫ ਨੇ ਜੈਨ ਸਟੋਲਟਨਬਰਗ ਇਹਨਾਂ ਨੂੰ ਬਣਾਤਾ ਗਿਆ ਹੈਡ ਕਾ ਦਾ ਨਾਰਵੇ সেন্ট্রਲ ਬੈਂਕ ਦਾ ਜੈਨਸ ਟੋਲਟਨਬਰਗ ਨਾਰਵੇ ਤੋਂ ਬਿਲੋਂਗ ਕਰਦੇ ਨੇ ਤੇ ਨਾਰਵੇ ਸੈਂਟਰ ਬੈਂਕ ਦੇ ਹੈੱਡ ਬਣ ਚੁੱਕੇ ਨੇ ਤਾਂ ਵੇਅਰ ਇਜ਼ ਦਾ ਹੈੱਡ ਕੁਆਟਰ ਆਫ ਨੈਟੋ ਨੈਟੋ ਦਾ ਹੈੱਡ ਕੁਆਟਰ ਕਿੱਥੇ ਹੈ ਸਟ੍ਰੈਸਬੋਰੋ ਬਰਸਲਸ ਹੈਗ ਜਾਂ ਫਿਰ ਕੋਪਨ ਹੈਗਨ ਬਾਬਾ ਇਕਬਾਲ ਸਿੰਘ ਜੀ ਕਿਹੜੇ ਬਬਲਜੀਤ ਕੌਰ ਜਿਹੜਾ ਅਕਾਲ ਅਕੈਡਮੀ ਸੀ ਜਿਹੜਾ ਬਡੂ ਸਾਹ ਵਾਲੇ ਸੀਗੇ ਉਹ ਜਿਹੜੇ ਉਹਦੇ ਫਾਊਂਡਰ ਸੀਗੇ ਉਹ ਉਹ ਨੇ ਬਾਬਾ ਇਕਬਾਲ ਸਿੰਘ ਜੀ ਠੀਕ ਹੈ ਤੋਂਡਾ ਨੈਪ ਦਾ ਪੇਪਰ ਕਿਵੇਂ ਹੈ ਬਸ ਇਧਰ ਹੀ ਘੁੰਮੀ ਹੋਈ ਹੈ ਗੜਾ ਹੈ ਨਾ ਮੇਰੀ ਨਾ ਤੂੰ ਮੰਨਦੇ ਨਹੀਂ ਮੈਂ ਕਹਿੰਨਾ ਪੇਪਰ ਆ ਗਿਆ ਪੜ ਲਓ ਪੇਪਰ ਆ ਗਿਆ ਪੜ ਲੋ ਇਹ ਗੱਲਾਂ ਗੁੱਲਾਂ ਚੱਲਦੀਆਂ ਰਹਿਣੀਆਂ ਯਾਰ ਕੁਝ ਨਹੀਂ ਰੱਖਿਆ ਨਾ ਵਿੱਚ ਚਲੋ ਆਜੋ ਕਿ கிளாਸ ਕਿੱਥੇ ਲੱਗਦੀ ਹੈ ਮਿਲ ਨਹੀਂ ਰਹੀ ਮੈਨੂੰ ਯੋਗੇਸ਼ ਕਰ ਕਿਉਂਕਿ ਟੈਕਸੇਸ਼ਨ ਦੀ ਇਹ ਦੀ ਸ਼ੁਰੂ ਨਹੀਂ ਹੋਈ ਟੈਕਸੇਸ਼ਨ ਦੀ ਕਲਾਸ 3 ਜੂਨ ਨੂੰ ਸ਼ੁਰੂ ਹੋਣਗੀ ਇਹਦਾ ਅਨਸਰ ਹੋ ਜਾਂਦਾ ਹੈ ਕਿ ਬਰਸਲਸ ਬੈਲਜੀਅਮ ਵਿੱਚ ਇੱਕ ਹੋਰ ਗੱਲ ਧਿਆਨ ਰੱਖਿਓ ਤਾਂ ਜੀ ਸਾਨੂੰ ਪਤਾ ਹੈ ਕਿ ਨੈਟੋ ਦੇ ਹੈਡ ਤਾਂ ਇਹ ਨੇ ਸਟ੍ਰੈਸਬੋਰੋ ਵਿੱਚ ਹੈ ਯੂਰੋਪੀਅਨ ਯੂਨੀਅਨ ਦੇ ਪਾਰਲੀਮੈਂਟ ਦਾ ਹੈਡਕੁਆਟਰ ਠੀਕ ਹੈ ਯੂਰੋਪੀਅਨ ਯੂਨੀਅਨ ਦਾ ਹੈਡਕੁਆਟਰ ਕਿੱਥੇ ਹੈ ਇੱਕ ਉਹਦਾ ਹੈਡਕੁਆਟਰ ਵੀ ਬਰਸਲਸ ਵਿੱਚ ਹੈ ਪਤਾ ਯਾਦਾ ਕੁਝ ਇਹਦਾ ਹੈਡਕੁਆਟਰ ਵੀ ਇੱਥੇ ਹੈ ਇਧਰ ਯੂਰੋਪੀਅਨ ਯੂਨੀਅਨ ਤੇ ਪਾਰਲੀਮੈਂਟ ਦਾ ਯੂਰੋਪੀਅਨ ਯੂਨੀਅਨ ਦੀ ਪ੍ਰਧਾਨ ਕੌਣ ਹੈ ਅਰਸਲਾ ਕਰਕੇ ਹੈ ਬੜਾ ਕੱਬਾ ਜਿਹਾ ਨਾਮ ਹੈ ਮੈਂ ਤਾਂ ਅਰਸਲਾ ਯਾਦ ਹੈ ਬਸ ਤੇ ਯੂਰੋਪੀਅਨ ਯੂਨੀਅਨ ਦੀ ਪਾਰਲੀਮੈਂਟ ਇਹ ਰੀਸੈਂਟਲੀ ਬਣੀ ਹੈ ਨਵੀਂ ਕੁੜੀ ਹੈ ਇਹਦਾ ਨਾਂ ਕੀ ਹੈ ਰੋਬਰਟਾ ਇਹਦਾ ਕੀ ਹੈ ਰੋਬਰਟਾ ਮੈਟਸੋਲਾ ਠੀਕ ਹੈ ਰੋਬਰਟਾ ਮੈਟਸੋਲਾ ਇਹ ਵੀ ਗੱਲਾਂ ਧਿਆਨ ਰੱਖੋਗੇ ਬਹੁਤ ਹੀ अच्छा तो ਤੁਸੀਂ ਉੱਥੋਂ ਦੇ ਸਟੂਡੈਂਟ ਤਾਂ ਹੀ ਪੁੱਛਿਆ ਹਾਂਜੀ ਹਾਂਜੀ ਉਹੀ ਉਹਨਾਂ ਬਾਰੇ ਗੱਲ ਹੋਈ ਹੋਈ ਹੈ ਠੀਕ ਹੈ ਇਹ ਵੀ ਗੱਲਾਂ ਯਾਦ ਰੱਖਿਓ ਤੇ ਇਹ ਹੈ ਕਰੰਟ ਅਫੇਅਰ ਹੈ ਇਹ ਤੇ ਰਾਈਸੀ ਨੇ ਡਾਇਲੌਗ ਵਿੱਚ ਇਹ ਸੀਗੀ ਚੀਫ ਗੈਸਟ ਸੀਗੀ ਸੱਤਵਾਂ ਰਾਈਸੀ ਨੇ ਡਾਇਲੌਗ ਹੋਇਆ ਸੀ ਜਿਹੜਾ ਪੇਪਰ ਵਿੱਚ ਆਇਆ ਸੀ ਤੁਹਾਡੇ ਨਾਇਬ ਤਹਿਸੀਲਦਾਰ ਦੇ ਤੇ ਰੋਬਰਟਾ ਮੈਟਸੋਲਾ ਕਿੱਥੋਂ ਬਿਲੋਂਗ ਕਰਦੀ ਹੈ ਮਾਲਟਾ ਤੋਂ ਮਾਲਟਾ ਉਹ ਨਹੀਂ ਸੰਤਰਾ ਮਸੰਬੀ ਉਹ ਮਾਲਟਾ ਨਹੀਂ ਇੱਕ ਕੰਟਰੀ ਹੈ ਇੱਕ ਮਾਲਟਾ ਤਾਂ ਉੱਥੋਂ ਠੀਕ ਹੈ ਮਾਲਵਾ ਬੈਲਟ ਜ਼ੋਨ ਬਿਲਕੁਲ ਟੈਲੀਗ੍ਰਾਮ ਪਰ ਹੈ ਨਾ ਇਹ 1949 ਵਿੱਚ ਬਣੀ ਸੀ ਇਹਨੂੰ ਵਾਸ਼ਿੰਗਟਨ ਟਰੀਟੀ ਵੀ ਕਿਹਾ ਜਾਂਦਾ ਹੈ ਇਹਦੇ ਵਿੱਚ 30 ਕੰਟਰੀਜ਼ ਨੇ 30 ਵਿੱਚੋਂ 28 ਨੇ ਯੂਰੋਪੀਅਨ ਯੂਨੀਅਨ ਵਿੱਚੋਂ ਤੇ ਦੋ ਕਿਹੜੀਆਂ ਨੇ ਇੱਕ ਹੈ ਕੈਨੇਡਾ ਇੱਕ ਹੈ ਯੂ ਐਸ ਏ ਇਹ ਗੱਲ ਵੀ ਧਿਆਨ ਰੱਖਿਓ ਬਾਕੀ ਕੁਝ ਨਹੀਂ ਤੇ ਇਹਦੇ ਵਿੱਚ ਇੱਕ ਆਰਟੀਕਲ ਹੁੰਦਾ ਹੈ ਇੱਕ ਆਰਟੀਕਲ ਹੁੰਦਾ ਹੈ ਆਰਟੀਕਲ ਕਿਹੜਾ ਹੈ ਆਰਟੀਕਲ ਹੈ 5 ਇਹਦੇ ਅਕੋਰਡਿੰਗ ਕੀ ਹੈ ਵੀ ਇਹਨਾਂ 30 ਕੰਟਰੀਆਂ ਵਿੱਚੋਂ ਕਿਸੇ ਉੱਤੇ ਵੀ ਕੋਈ ਵੀ ਕੰਟਰੀ ਅਟੈਕ ਕਰਦੀ ਹੈ ਕਿਦਾ ਰਸ਼ੀਆ ਹੈ ਰਸ਼ੀਆ ਪੰਗੇ ਕਿਉਂ ਨਹੀਂ ਲੈ ਰਿਆ ਯੂਕਰੇਨ ਤੋਂ ਇਲਾਵਾ ਕਿਸੇ ਨਾਲ ਕਿਉਂਕਿ ਬਾਕੀ ਸਾਰੀ ਮੋਸਟਲੀ ਕੰਟਰੀ ਨੇ ਨੈਟੋ ਵਿੱਚ ਤੇ ਮੰਨ ਲਓ ਰਸ਼ੀਆ ਅਟੈਕ ਕਰਦੀ ਹੈ ਕਿਸੇ ਇੱਕ ਨੈਟੋ ਵਾਲੀ ਕੰਟਰੀ ਨੂੰ ਤਾਂ ਉਹਦਾ ਮਤਲਬ ਹੈ ਉਹਨੇ ਪੂਰੇ 30 ਕੰਟਰੀਆਂ ਨੂੰ ਹੱਥ ਪਾ ਲਿਆ ਇਹ ਪ੍ਰੋਬਲਮ ਹੈ ਇਹ ਕਿਹੜਾ ਆਰਟੀਕਲ ਦੇ ਅੰਡਰ ਆਉਂਦਾ ਇਹ ਆਉਂਦਾ ਹੈ ਆਰਟੀਕਲ 5 ਦੇ ਅੰਡਰ ਤੇ ਅੱਜਕੱਲ ਕਾਫੀ ਨਿਊਜ਼ ਵਿੱਚ ਸੀ ਕਿਉਂ ਕਿਉਂਕਿ ਰਸ਼ੀਆ ਨੇ ਗਾਹ ਪਾਇਆ ਸੀ ਤਾਂ ਨੈਟੋ ਨੈਟੋ ਨੂੰ ਤੋਂ ਬਹੁਤ ਹੋ ਰਿਹਾ ਸੀ ਕਿ ਨੈਟੋ ਕਿਉਂ ਨਹੀਂ ਕੁਝ ਕਰ ਰਹਾ ਯੂਐਸਏ ਕਿਉਂ ਨਹੀਂ ਕੁਝ ਕਰ ਰਹਾ ਤਾਂ ਕਰਕੇ ਇਹ ਗੱਲਾਂ ਵੀ ਮੈਨੂੰ ਪਤਾ ਹੈ ਜੇ ਮੈਂ ਪਾ ਵੀ ਦਿੱਤੀ ਪੜ੍ਹਨੀ ਕਿਸੇ ਨੇ ਹੈ ਨਹੀਂ ਬਟ ਫਿਰ ਵੀ ਚਲੋ ਚਾਹ ਹੁੰਦਾ ਹੈ ਨਾ 1949 ਬਰਸਲ ਸੱਟੀ ਸਟੇਟਸ ਬਸ ਤਾਂ ਇਹਦੀ ਰੀਸੈਂਟ ਵਾਲੀ ਜਿਹੜੀ ਕੰਟਰੀ ਜੁੜੀਆਂ ਹੋਈਆਂ ਨੇ ਇਹ ਇੰਪੋਰਟੈਂਟ ਹੈ 2017 ਵਿੱਚ ਜੁੜੀ ਸੀ ਕੰਟਰੀ ਉਹਦਾ ਨਾਂ ਕੀ ਹੈ ਮੌਂਟੇਨੇਗਰੋ ਰੀਸੈਂਟ ਵਾਲੀ ਜੁੜੀ ਹੈ ਹਜੇ ਫਿਨਲੈਂਡ ਤੇ ਸਵੀਡਨ ਵਿੱਚ ਹੈ ਜੁੜਨ ਵਾਲੀਆਂ ਨੇ ਤੇ 2020 ਵਿੱਚ ਕਿਹੜੀ ਜੁੜੀ ਉਹਦਾ ਨਾਂ ਹੈ ਨਾਰਥ ਮੈਸੇਡੋਨੀਆ ਠੀਕ ਹੈ ਉਹਦਾ ਨਾਮ ਕੀ ਹੈ ਨਾਰਥ ਮੈਸੇਡੋਨੀਆ ਇਹ ਗੱਲ ਧਿਆਨ ਰੱਖਣੀ ਅੱਛਾ ਕਿਉਂ ਨਹੀਂ ਪੜ੍ਹਨੀ ਦੱਸਦਾ ਮੈਂ ਕਿਉਂ ਨਹੀਂ ਪੜ੍ਹਨੀ ਪਤਾ ਕੀ ਹੋਇਆ ਮੈਂ ਨਾ ਮਾਰਚ ਦੇ ਮਹੀਨੇ ਦੇ ਨਾ ਕਰੰਟ ਅਫੇਅਰ ਦੀ ਕੰਪਾਈਲੇਸ਼ਨ ਦਿੱਤੀ ਮੈਂ ਕਲਾਸ 'ਚ ਕਰਨਦ ਕਰਨ ਦੇ ਕਿਹਾ ਮੈਂ ਕਿਹਾ ਦੋ ਪਾਰਟ ਵਿੱਚ ਆਊਗੀ ਦੇਖ ਲਿਓ ਤੇ ਮੈਂ ਤਾਂ ਅੱਗੇ ਦੇਤੀ ਸੀ ਟੀਮ ਨੂੰ ਜਿਨ੍ਹਾਂ ਨੇ ਅਪਲੋਡ ਕਰਨੀ ਹੁੰਦੀ ਉਹਨਾਂ ਨੇ ਕੱਲਾ ਇੱਕ ਪਾਰਟ ਕੀਤਾ ਤਾਂ ਹੈਰਾਨੀ ਦੀ ਗੱਲ ਇਹ ਹੈ ਅੱਗੇ ਦੋ ਦਿਨ ਤੱਕ ਕਿਸੇ ਨੇ ਵੀ ਨਹੀਂ ਮੈਨੂੰ ਕਿਹਾ ਕਿ ਸਰ ਅੱਧਾ ਹੀ ਅੱਧਾ ਹੀ ਅਪਲੋਡ ਹੋਈ ਹੈ ਅੱਧਾ ਤੁਸੀਂ ਕੀਤੀ ਨਹੀਂ ਜਾਂ ਫਿਰ ਹੋਈ ਨਹੀਂ ਉਦੋਂ ਉਦੋਂ ਮੈਨੂੰ ਪਤਾ ਲੱਗਾ ਕਿ ਬਸ ਪੀਡੀਐਫ ਦਾ ਚਾਹ ਹੁੰਦਾ ਕਿ ਬਸ ਪਈ ਹੋਣੀ ਚਾਹੀਦੀ ਕਿ ਹਾਂ ਠੀਕ ਹੈ ਮਾਰਚ ਕਰੰਟ ਅਫੇਅਰ 2022 ਪੜ੍ਹਿਆ ਕਿਸੇ ਨੇ ਹੈ ਨਹੀਂ ਕਿਸੇ ਨੂੰ ਵੀ ਨਹੀਂ ਪਤਾ ਸੀ ਇਹ ਚੱਕਰ ਚਲੋ ਹਾਂਜੀ ਕুইਨ ਅਲੀਜਾਬੈਥ 2 ਦੀ 7ਵੀਂ 70ਵੀਂ 70th ਐਨੀਵਰਸਰੀ ਸੀਗੀ ਰਾਜ ਕਰਦੀ ਦੀ ਉਹਨੂੰ ਰਾਜ ਕਰਦੇ ਹੋਏ 70 ਸਾਲ ਹੋ ਚੁੱਕੇ ਨੇ ਸ਼ੀ ਪ੍ਰਸਾਈਡਡ ਔਨ ਦਾ ਥਰੋਨ ਆਫਟਰ ਡੈਥ ਆਫ ਕਿੰਗ ਜਾਰਜ ਦਾ 6ਵਾਂ ਰਾਜਾ ਸੀਗਾ ਉਹਨਾਂ ਦਾ ਜਾਰਜ ਕਰਕੇ ਉਹਦੀ ਡੈਥ ਹੋਈ ਸੀਗੀ 1952 ਵਿੱਚ ਉਦੋਂ ਕੁਇਨ ਐਲੀਜ਼ਾਬੈਥ ਬਣ ਗਈ ਸੀਗੀ ਰਾਣੀ ਤਾਂ ਇਹ ਇਹਦੇ ਬਾਰੇ ਹੁਣ ਇੰਪੋਰਟੈਂਟ ਗੱਲਾਂ ਕਿਹੜੀਆਂ ਨੇ ਇਹਦੇ ਬਾਰੇ ਹੈ ਇੰਪੋਰਟੈਂਟ ਗੱਲ ਆ ਦੇਖੋ 6 ਫਰਵਰੀ 1952 ਨੂੰ ਰਾਣੀ ਬਣ ਗਈ ਸੀ ਜਦੋਂ ਇਹਦੇ ਘਰ ਵਾਲੇ ਦੀ ਡੈਥ ਹੋ ਗਈ ਸੀ ਤਾਂ ਆ ਦੇਖੋ ਇਹਨੇ ਸਰਪਾਸ ਕਰਤਾ ਲੂਇਸ ਦਾ 14th ਨੂੰ लुईस द 14th ਨੂੰ ਕੀ ਕਿਉਂਕਿ ਸਭ ਤੋਂ ਲੰਬੇ ਰਾਜ ਕਰਨ ਵਾਲੀ ਕੋਈ ਬਣ ਚੁੱਕੀ ਹੈ ਸੋਵਰਨ ਸਟੇਟ ਦੀ ਸਭ ਤੋਂ ਜ਼ਿਆਦਾ ਰਾਜ ਕਰਨ ਵਾਲੀ ਬਣ ਚੁੱਕੀ ਹੈ लुईस द 14th ਹੈ ਜਿਹੜਾ ਫਰਾਂਸ ਦਾ ਉਸ ਤੋਂ ਵੀ ਜ਼ਿਆਦਾ ਰਾਜ ਕਰ ਲਿਆ ਕਿਹਨੇ ਕুইਨ ਅਲੀਜ਼ਾਬੈਥ ਦਾ 2 ਨੇ ਕਰ ਲਿਆ ਤਾਂ ਲੋਂਗੇਸਟ ਲਿਵਿੰਗ ਬ੍ਰਿਟਿਸ਼ ਮੋਨਾਰਕ ਬਣ ਗਈ ਸੀ 2007 ਵਿੱਚ ਹੀ ਸਭ ਤੋਂ ਜ਼ਿਆਦਾ ਉਮਰ ਵਾਲੀ ਲੋਂਗੇਸਟ ਲਿਵਿੰਗ ਬ੍ਰਿਟਿਸ਼ ਰਾਣੀ ਬਣ ਚੁੱਕੀ ਸੀ ਤੇ ਸ਼ੀ ਬੀਕੇਮ ਦ ਫਰਸਟ ਬ੍ਰਿਟਿਸ਼ ਮੋਨਾਰਕ ਟੂ ਕਮੈਮੋਰੇਟ ਅ ਸਫਾਇਰ ਜੁਬਲੀ ਹੁਣ ਤੂੰ ਕਹੋਗੇ ਸਰ ਆਹ ਕੀ ਜਬ ਆ ਗਿਆ ਹੁਣ ਵਾਚੇ ਗੋਲਡ ਗੋਲਡਨ ਜੁਬਲੀ ਸੁਣਿਆ ਸੀ ਸਿਲਵਰ ਜੁਬਲੀ ਸੁਣਿਆ ਸੀ ਪਲੈਟਿਨਮ ਜੁਬਲੀ ਸੁਣਿਆ ਸੀ ਬਟ ਆ ਹੁਣ ਨਵਾਂ ਕਿਹੜਾ ਆ ਗਿਆ ਤਾਂ ਆ ਵੇਖ ਹੁਣ ਇਹ ਕੀ ਹੁੰਦਾ ਹੈ ਇਹ ਹੁੰਦੀ ਹੈ ਦੇਖੋ ਜੁਬਲੀਆਂ ਜੀ ਸਿਲਵਰ ਜੁਬਲੀ ਕਹਿੰਦੇ ਜਦੋਂ 25 ਸਾਲ ਹੋ ਜੇ ਰੂਬੀ ਜੁਬਲੀ ਜਦੋਂ 40 ਸਾਲ ਹੋ ਜੇ ਗੋਲਡਨ ਜੁਬਲੀ 50 ਸਾਲ ਡਾਇਮੰਡ ਜੁਬਲੀ 60 ਸਾਲ ਤੇ ਪਲੈਟਿਨਮ ਜੁਬਲੀ ਜਦੋਂ 70 ਸਾਲ ਹੋ ਜੇ ਇਹ ਹੁੰਦੇ ਨੇ ਜੁਬਲੀਆਂ ਜੀ ਇਹਨਾਂ ਦੀਆ ਚਲੋ ਉਹ ਵੈਸੀ ਹੀ ਐ ਤੁਹਾਨੂੰ ਯਾਦ ਕਰਨ ਦੀ ਲੋੜ ਨਹੀਂ ਜੁਬਲੀਆਂ ਜਬਲੀਆਂ ਵੈਸੀ ਕਰਾਤਾ ਮੈਂ ਚਲੋ ਡਾਕਟਰ ਉਨੀ கிருஷ்ਨ ਨਾਇਰ ਬਣ ਚੁੱਕੇ ਨੇ ਨਵੇਂ ਡਾਇਰੈਕਟਰ ਆਫ VSSC ਕੀ ਹੁੰਦਾ VSSC ਵਿਕਰਮ ਸਾਰਾ ਭਾਈ ਸਪੇਸ ਸੈਂਟਰ ਤਾਂ ਹੂ ਵਾਸ ਅ ਫਰਸਟ ਡਾਇਰੈਕਟਰ ਆਫ ਵਿਕਰਮ ਸਾਰਾ ਭਾਈ ਸਪੇਸ ਸੈਂਟਰ ਕਹਿੰਦੇ ਹੈ ਆ ਕੀ ਪੁੱਛ ਲਿਆ ਕਹਿੰਦੇ ਸਰ ਸਾਨੂੰ ਤਾਂ ਇਸਰੋ ਦਾ ਨਹੀਂ ਪਤਾ ਤੁਸੀਂ ਤਾਂ VSSC ਤੇ ਪੜ ਰਹੇ ਹਾਂਜੀ ਬਤਰਾ ਸਾਹਿਬ ਪਤਾ ਮੈਨੂੰ ਬਟ ਕਿਹਾ ਕਿਸ ਨੇ ਨਹੀਂ ਮੈਂ ਤਾਂ ਇਹ ਗੱਲ ਕਹਿ ਰਿਹਾ ਕਿਸ ਨੇ ਨਹੀਂ ਕਿਹਾ ਮੈਨੂੰ ਦੱਸੋ ਇਹਦਾ ਆਨਸਰ ਕੀ ਹੈ ਕਹਿੰਦੇ ਸਰ हमको तो कह रहे सर इसरो का नहीं पता कि इसरो का चेयरमैन कौन था पहला आप तो वीएसएससी का पूछ रहे हो ऐसा कैसे चलेगा ਹੈਨਾ ਨਹੀਂ ਨਹੀਂ ਹੁਣ ਤਾਂ ਪਾਤੀ ਸ਼ਾਇਦ ਪਈ ਹੋਈ ਹੈ ਉੱਥੇ ਇਹਦਾ ਅੰਤਰ ਹੋ ਜਾਂਦਾ ਅੱਛਾ ਇੱਕ ਹਾਂ ਹੁਣ ਥੋੜੀ ਜੀ ਕਾਮਨ ਸੈਂਸ ਦੀ ਗੱਲ ਕਰਾਂਗੇ ਥੋੜੀ ਜੀ ਛੋਟੀ ਜੀ ਕਾਮਨ ਸੈਲ ਠੀਕ ਹੈ ਗੁਰਸੇਵਕ ਸੁਖਪ੍ਰੀਤ ਦਵਿੰਦਰਪਾਲ ਹੋਰ ਕੌਣ ਹੈ ਪ੍ਰਿਆੰਕਾ ਹੋਰ ਕੌਣ ਹੈ ਇਹ ਰਮਨਦੀਪ ਬਲਜੀਤ ਗਗਨਦੀਪ ਹੁਣ ਕਾਮਨ ਸੈਂਸ ਦੀ ਗੱਲ ਕਰਦੇ ਆਂ ਨਾ ਹੈ ਉਹਦਾ ਵਿਕਰਮ ਸਾਰਾਭਾਈ ਸਪੇਸ ਸੈਂਟਰ ਤੇ ਉਹੀ ਪਹਿਲਾ ਚੇਅਰਮੈਨ ਬਣ ਗਿਆ ਉਹਦਾ ਨਾਂ ਹੀ ਹੈ ਵਿਕਰਮ ਸਾਰਾਭਾਈ ਸਪੇਸ ਸੈਂਟਰ ਤੇ ਵਿਕਰਮ ਸਾਰਾਭਾਈ ਉਹਦੇ ਪਹਿਲੇ ਚੇਅਰਮੈਨ ਬਣ ਗਏ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਹੀ ਉਮਦਾ ਬਾਤ ਕਰਦੀ ਹੈ ਤਾਂ ਬ੍ਰਹਮਪrakash ਹੈ ਉਹਦਾ ਆਨਸਰ ਠੀਕ ਹੈ ਬ੍ਰਹਮਪrakash ਯਾਰ ਵਿਕਰਮ ਸਾਰਾਭਾਈ ਨੇ ਕੁਝ ਕਿੱਤਾ ਹੋਣਾ ਆਪਣੀ ਜ਼ਿੰਦਗੀ ਵਿੱਚ ਤਾਂ ਹੀ ਕਰਕੇ ਉਹਦੇ ਨਾਂ ਤੇ ਬਾਅਦ ਚ ਬਣਿਆ ਹੋਣਾ ਨਾ ਉਹ ਵਿਕਰਮ ਸਾਰਾਭਾਈ ਸਪੇਸ ਸੈਂਟਰ ਐ ਉਹ ਕਿਉਂ ਬਣੂਗਾ ਯਾਰ ਤਾਂ ਇਹ ਸੀਗਾ ਇਹਨਾਂ ਦੇ ਪਹਿਲਾ ਕੌਣ ਹੁੰਦੇ ਸੀ ਇਹਦੇ ਪਹਿਲੇ ਹੁੰਦੇ ਸੀ ਸ਼੍ਰੀ ਐਸ ਸੋਮਨਾਰ ਜਿਹੜੇ ਹੁਣ ਕੌਣ ਬਣ ਚੁੱਕੇ ਨੇ ਜਿਹੜੇ ਬਣ ਚੁੱਕੇ ਨੇ 10th ਬਣ ਚੁੱਕੇ ਨੇ ਇਸਰੋ ਦੇ ਚੇਅਰਮੈਨ ਤੇ ਇਸਰੋ ਦੇ ਅੱਛਾ ਚਲੋ ਪਹਿਲੇ ਚੇਅਰਮੈਨ ਦਾ ਨਾਮ ਦੱਸ ਦੋ ਮੈਨੂੰ ਹੁਣ ਆਪਾਂ ਉਹ ਤਾਂ ਗੱਲ ਕਰ ਲਈ ਆਪਾਂ ਬ੍ਰਹਮ ਪ੍ਰਕਾਸ਼ ਹੁਣ ਇਸਰੋ ਦੇ ਜਿਹੜੇ ਫਰਸਟ ਚੇਅਰਮੈਨ ਨੇ ਉਹਦਾ ਨਾਮ ਵੀ ਦੱਸ ਦੋ ਮੈਨੂੰ ਇਸਰੋ ਦੇ ਪਹਿਲੇ ਚੇਅਰਮੈਨ ਦਾ ਨਾਮ ਵੀ ਦੱਸ ਦੋ ਮੈਨੂੰ ਕੋਈ ਇਸਰੋ ਦੇ ਪਹਿਲੇ ਚੇਅਰਮੈਨ ਦਾ ਨਾਮ ਵੀ ਤਾਂ ਦੱਸ ਦੋ ਕੋਈ ਤੇ ਇੱਕ ਵਾਰ ਲਾਈਕ ਤਾਂ ਕਰ ਦਿਓ 100 ਵੀ ਨਹੀਂ ਕਰਦੇ ਤੁਸੀਂ ਲਾਈਕ 130 ਬੈਠੇ ਹੋ 87 ਲਾਈਕ ਕੀਤੇ ਹੋਏ ਨੇ ਦੇਖੋ ਹੁਣ ਜਿਹਦਾ ਆਨਸਰ ਵਿਕਰਮ ਸਾਰਾ ਬਈ ਉਹ ਤੁਸੀਂ ਕਰ ਨਹੀਂ ਰਹੇ ਤਾਂ ਇਸਰੋ ਦੇ ਪਹਿਲੇ ਚੇਅਰਮੈਨ ਸੀਗੇ ਵਿਕਰਮ ਸਾਰਾ ਬਈ ਠੀਕ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ 1969 ਵਿੱਚ ਜਿਹੜੀ ਬਣੀ ਸੀ ਉਹਦੇ ਚੇਅਰਮੈਨ ਸੀਗੇ ਕੌਣ ਵਿਕਰਮ ਸਾਰਾ ਬਈ ਠੀਕ ਹੈ ਚਲੋ ਤਾਂ ਇਹ ਸੀਗੇ ਬ੍ਰਹਮਪrakash ਇਹ ਨੇ ਉਹ ਨਵੇਂ ਜਿਹੜੇ ਬਣੇ ਨੇ ਆ ਇਹਦੀ ਗੱਲ ਹੋ ਰਹੀ ਹੈ ਵਿਕਰਮ ਸਰਾਭਾਈ ਸਪੇਸ ਸੈਂਟਰ ਦੀ ਇਹਦਾ ਨਾਮ ਸਟਾਰਟਿੰਗ ਵਿੱਚ ਕੀ ਸੀ ਥੁੰਬਾ ਇਕਵੇਡੋਰੀਅਲ ਰਾਕਟ ਲਾਂਚਿੰਗ ਸਟੇਸ਼ਨ 1962 ਵਿੱਚ T E R L S ਤੇ ਉਹ ਤੋਂ ਬਾਅਦ ਡਾਕਟਰ ਵਿਕਰਮ ਸਰਾਭਾਈ ਦੇ ਔਨਰ ਕਰਨ ਲਈ ਕਿਉਂਕਿ ਜਿਹਨਾਂ ਨੂੰ ਫਾਦਰ ਆਫ ਇੰਡੀਅਨ ਸਪੇਸ ਪ੍ਰੋਗਰਾਮ ਕਿਹਾ ਜਾਂਦਾ ਹੈ ਇਹ ਕਰਤਾ ਤੇ ਥੁੰਬਾ ਇਕਵੇਡੋਰੀਅਲ ਬਾਰੇ ਆਪਾਂ ਕੁਝ ਨਹੀਂ ਪੜ੍ਹਣਾ ਕੋਈ ਲੋੜ ਨਹੀਂ ਹੈ ਤੁਸੀਂ ਬਸ ਉਹਦਾ ਹੀ ਧਿਆਨ ਰੱਖੋ ਬ੍ਰਹਮ ਪ੍ਰਕਾਸ਼ ਪਹਿਲੇ ਸੀਗੇ ਪ੍ਰਧਾਨ ਇਹਦੇ ਤੇ ਬਸ ਇਹੀ ਹੈ ਚਲੋ अफ्रीका कप ऑफ नेशंस ਹੋਇਆ ਸੀਗਾ ਉਹਦੇ ਵਿੱਚ ਸੈਨੇਗਲ ਕਰਕੇ ਟੀਮ ਐ ਉਹਨੇ ਇਜੀਪਟ ਨੂੰ ਹਰਾਤਾ ਸੀਗਾ ਤਾਂ ਇਹ ਕਿਹੜੀ ਕੰਟਰੀ ਵਿੱਚ ਹੋਈ ਦੇਖੋ ਕੰਮ ਤਾਂ ਹੈ ਨਹੀਂ ਸਾਡੇ ਸਵਾਲ ਉਹਨੇ ਬਟ ਕਈ ਵਾਰੀ ਪੁੱਛ ਲੈਂਦੇ ਨੇ ਕਿਉਂਕਿ ਫੁੱਟਬਾਲ ਤੇ ਕਾਫੀ ਜ਼ਿਆਦਾ ਸਵਾਲ ਆਏ ਮੈਂ ਤੁਹਾਨੂੰ ਕਰਾਇ ਸਾਰੇ ਜਿਹੜੇ ਏ ਟੇਮ ਵਾਲੀ ਜਿਨੇ ਕਲਾਸ ਲਾਈ ਹੋਵੇ ਬੁੰਡਸਲੀਗਾ ਹੋ ਗਿਆ ਲਾਲ ਲੀਗਾ ਹੋ ਗਿਆ ਯੂਫਾ ਯੂਰੋਪਾ ਲੀਗ ਹੋਗੀ ਪੀ ਸੀਰੀਏ ਹੋ ਗਿਆ ਲੀਗ 1 ਹੋਗੀ ਆਪਾਂ ਸਾਰੇ ਕਰ ਲਏ ਜਿੰਨੇ ਵੀ ਰੀਸੈਂਟ ਵਾਲੇ ਹੋਏ ਨੇ ਤਾਂ ਇਹ ਵੀ ਸੀਗਾ ਇੱਕ ਫ फेब्रुवारी ਵਿੱਚ ਹੋਇਆ ਸੀ ਤਾਂ ਇਹਦੇ ਵਿੱਚ ਸੇਨੇਗਲ ਨੇ ਹਰਾਇਆ ਸੀ ਇਜੀਪਟ ਨੂੰ ਤੇ ਇਹ ਜਿਹੜਾ ਕੰਪੀਟੀਸ਼ਨ ਹੋਇਆ ਸੀ ਇਹ ਹੋਇਆ ਸੀ ਕੈਮਰੂਨ ਵਿੱਚ ਠੀਕ ਹੈ africa ਵਿੱਚ ਹੀ ਹੋਇਆ ਸੀ ਬਸ ਕੋਈ ਲੋੜ ਨਹੀਂ ਚਲੋ ਆ ਰਾਜਾ ਰਾਮੋਹਨ ਇਹ ਇਹਨਾਂ ਨੇ ਜਿਨ੍ਹਾਂ ਨੇ ਪਹਿਲਾ ਐਸਟੈਰੋਇਡ ਡਿਸਕਵਰੀ ਪ੍ਰੋਜੈਕਟ ਇੰਡੀਆ ਦਾ ਉਹਦਾ ਨਾਂ ਕੀ ਸੀ ਪਹਿਲਾ ਆ ਰਾਜਾ ਰਾਮ ਮੋਹਨ ਨੇ ਜਿਹੜਾ ਪਹਿਲਾ ਐਸਟੈਰਾਇਡ ਡਿਸਕਵਰੀ ਪ੍ਰੋਜੈਕਟ ਪੇਪਰ ਵੀ ਸਵਾਲ ਆ ਜਾਂਦਾ ਤੁਹਾਡੇ ਕਿ ਕਿਹੜੇ ਕਿਹੜੇ ਪਲੈਨੈਟ ਦੇ ਵਿੱਚ ਐਸਟੈਰਾਇਡ ਮਿਲਦੇ ਨੇ ਤਾਂ ਐਸਟੈਰਾਇਡ ਬੈਲਟ ਹੈ Mars ਤੇ Jupiter ਦੇ ਵਿੱਚ ਠੀਕ ਹੈ ਐਸਟੈਰਾਇਡ ਬੈਲਟ ਕਿਹਦੇ ਕਿਹਦੇ ਵਿੱਚ ਹੈ Mars ਤੇ Jupiter ਦੇ ਵਿੱਚ ਇਧਰ ਵਿੱਚ ਵਿਚਾਲੇ ਬਹੁਤ ਜ਼ਿਆਦਾ ਕਬਾੜ ਹੈ ਕਬਾੜ ਕੀ ਐਸਟੈਰਾਇਡਸ ਨੇ ਤਾਂ ਉਹਦਾ ਪ੍ਰੋਜੈਕਟ ਦਾ ਨਾਂ ਕੀ ਸੀ ਕਾਲਕੀ ਠੀਕ ਹੈ ਪਹਿਲੇ ਪ੍ਰੋਜੈਕਟ ਸੀ ਉਹਦਾ ਨਾਂ ਸੀ ਕਾਲਕੀ ਬਹੁਤ ਵਧੀਆ ਸੁਪਰੀਟ ਕੋਰ ਕਾਲ ਕੀ ਸੀ ਉਹਦਾ ਨਾ ਇਹ ਸੀਗੇ ਜੀ ਇਹਨਾਂ ਦੀ ਡੈਥ ਹੋ ਗਈ ਆ ਰਾਜਾ ਰਾਮ ਮਹਿੰਦੀ ਦਾ ਐਨ ਐਸਟਰੋਨੋਮਰ ਐਟ ਦਾ ਇੰਡੀਅਨ ਇੰਸਟੀਟਿਊਟ ਆਫ ਐਸਟਰੋਫਿਜ਼ਿਕਸ ਬੈਂਗਲੌਰ ਇਹਨਾਂ ਨੇ ਦਿਹਾਂਤ ਹੋ ਗਿਆ ਬੈਸਟ ਨੋਨ ਫਾਰ ਹਿਸ ਕਾਲ ਕੀ ਪ੍ਰੋਜੈਕਟ ਜਿਹਦੇ ਵਿੱਚ ਇਹਨਾਂ ਨੇ ਇੱਕ 48 ਸੈਂਟੀਮੀਟਰ ਦਾ ਸ਼ਮਿਟ ਟੈਲੀਸਕੋਪ ਯੂਜ਼ ਕੀਤਾ ਸੀ ਤੇ ਨਵੇਂ ਐਸਟਰੋਇਡ ਲੱਭੇ ਸੀਗੇ ਇੰਪੋਰਟੈਂਟ ਕਿਉਂ ਹੈ ਗੱਲ ਕਿਉਂਕਿ ਈ ਦਿਸ ਵਾਸ ਦਾ ਫਰਸਟ ਐਸਟੈਰਾਇਡ ਡਿਸਕਵਰਡ ਇਨ ਇੰਡੀਆ ਇਨ 104 ਸਾਲ ਇਹ ਇੰਪੋਰਟੈਂਟ ਸੀ ਤਾਂ ਕਰਕੇ ਤਾਂ ਕਾਲਕੀ ਪ੍ਰੋਜੈਕਟ ਸੀਗਾ ਇਹ 48 ਸੈਂਟੀਮੀਟਰ ਦਾ ਸ਼ਮਿਟ ਟੈਲੀਸਕੋਪ ਯੂਜ਼ ਕਰਕੇ ਕੀਤਾ ਤੇ 104 ਸਾਲਾਂ ਵਿੱਚ ਭਾਰਤ ਵਿੱਚ ਇਹ ਪਹਿਲਾ ਪਹਿਲਾ ਐਸਟੈਰਾਇਡ ਲੱਭਾਇਆ ਗਿਆ ਸੀ ਤਾਂ ਕਰਕੇ ਇੰਪੋਰਟੈਂਟ ਹੈ ਠੀਕ ਹੈ ਜੀ ਚਲੋ ਆ ਇਹ ਸੀਗੇ ਨਦੀ ਸਟਡੀ ਸਟਡੀ ਜਿਹੜੀ ਜੀਡੀ ਵੀ ਸੀਗੀ ਹਾਂਜੀ NASA will retire International Space Station in 2031 ਪਹਿਲਾਂ ਇਹਨਾਂ ਨੇ ਪਤਾ ਕੀ ਡੇਟ ਕਹੀ ਸੀ ਇਹ ਵੀ ਝੂਠੇ ਬਹੁਤ ਹੈ ਪਹਿਲਾਂ ਇਹਨਾਂ ਨੇ ਕਿਹਾ 2024 ਵਿੱਚ ਹੋ ਗਈ ਸੀ ਤਾਂ ਮੈਂ ਪਹਿਲਾਂ ਕਲਾਸ ਵੀ ਦੱਸੀਗਾ ਮੈਂ ਕਿ 2024 ਟੁੱਟ ਜਾਣਾ 2024 ਟੁੱਟ ਜਾਣਾ 2024 ਟੁੱਟ ਜਾਣਾ ਹੁਣ ਇਹਨਾਂ ਨੇ ਪਤਾ ਨਹੀਂ ਕੀ ਕਰਤਾ ਇਹਨਾਂ ਨੇ ਤਾਂ ਇਹਨਾਂ ਨੇ 2031 ਕਰਤਾ ਤਾਂ ਜੀ where was the first component of ISS sent into space from ਤਾਂ ISS ਹੈ ਕਿੱਥੋਂ ਗਿਆ ਤਾਂ ਹੋਣਾ ਸ਼ੁਰੂਆਤ ਕਿੱਥੋਂ ਹੋਈ ਹੋਣੀ ਤਾਂ ਪਹਿਲਾ ਪਹਿਲਾ ਕੰਪੋਨੈਂਟ ਹੁਣ ਬਹੁਤ ਵੱਡਾ ਹੈ ISS ਇੱਕ ਪਾਰਸ ਗਿਆ ਤਾਂ ਹੈ ਨਹੀਂ ਆ ਖੰਭ ਜ ਲੱਗੇ ਹੋਏ ਉੱਡ ਗਿਆ ਪਹਿਲਾ ਕੰਪੋਨੈਂਟ ਕਿੱਥੋਂ ਗਿਆ ਸੀ ਯੂਐਸਏ ਰਸ਼ੀਆ ਕੈਨੇਡਾ ਜਾਂ ਫਿਰ ਕਜ਼ਾਕਿਸਤਾਨ ਤੋਂ ਇੱਕ ਵਾਰ ਲਾਈਕ ਕਰ ਦਿਓ 100 ਨਹੀਂ ਕਰ ਰਹੇ ਤੁਸੀਂ ਲਾਈਕ ਦੇਖ ਰਹੇ ਹੋ ਸ਼ਰਮ ਹੈ ਕੁਛ ਹੈ ਤਾਂ ਆਨਸਰ ਇਦਾ ਬਿਲਕੁਲ ਠੀਕ ਹੈ ਕਜ਼ਾਕਿਸਤਾਨ ਤੋਂ ਗਿਆ ਸੀ ਉਸ ਟਾਈਮ ਕਿਉਂਕਿ ਯੂਐਸਐਸਆਰ ਹੁੰਦੀ ਸੀ ਯੂਨੀਅਨ ਸੋਵੀਟ ਸੋਸ਼ਲਿਸਟ ਰਿਪਬਲਿਕ ਤਾਂ ਇਹਦੇ ਬਾਰੇ ਦੇਖੋ ਤਾਂ NASA ਨੇ ਸਿਲੈਕਟ ਕੀਤਾ ਹਿਊਸਟਨ ਬੇਸਡ ਐਗਜ਼ੀਅਮ ਸਪੇਸ ਨੂੰ ਟੂ ਪ੍ਰੋਵਾਈਡ ਦਾ ISS ਦਾ ਫਰਸਟ ਕਮਰਸ਼ੀਅਲ ਮੋਡਿਊਲ ਇਹ ਵੀ ਧਿਆਨ ਰੱਖ ਲੋ ਕਰੰਟ ਅਫੇਅਰ ਇੱਕ ਤੇ ਆਹ ਦੇਖੋ ਹੁਣ ਤਾਂ ISS ਦਾ ਆਈਡੀਆ ਕਿਹਦਾ ਸੀਗਾ ਪੁਰਾਣੇ ਜਿਹੜੇ US ਰਾਸ਼ਟਰਪਤੀ ਸੀਗੇ ਰੋਨਲਡ ਰੀਗਨ ਜਿਨ੍ਹਾਂ ਨੇ 84 ਵਿੱਚ ਕਿਹਾ ਸੀ ਕਿ ਆਪਾਂ ਇਹੋ ਜਿਹਾ ਕੁਝ ਕਰਦੇ ਆ ਉਹ ਤੋਂ ਬਾਅਦ ਵੀ 14 ਸਾਲ ਲੱਗੇ ਫਿਰ 98 ਵਿੱਚ ਗਿਆ ਇਹ ਸਪੀਡ ਕਹਿੰਦੇ 92 ਮਿੰਟਾਂ ਵਿੱਚ ਕਹਿੰਦੇ ਇੱਕ ਗੋਲਾ ਇੱਕ ਚੱਕਰ ਮਾਰ ਦਿੰਦਾ ਹੈ ਤੇ بس 8 ਕਿਲੋਮੀਟਰ ਪਰ ਸੈਕਿੰਡ ਹੁਣ ਇਹ ਇੰਪੋਰਟੈਂਟ ਹੈ ਕਿਹੜੇ ਕਿਹੜੇ ਕੰਟੇਨਰ ਰਲ ਕੇ ਬਣਾਇਆ ਯੂ ਐਸ ਏ ਨੇ ਰਸ਼ੀਆ ਨੇ ਜਾਪਾਨ ਨੇ ਕੈਨੇਡਾ ਨੇ ਤੇ ਯੂਰਪ ਨੇ ਰਸ਼ੀਆ ਨਹੀਂ ਉਸ ਟਾਈਮ ਹੁੰਦਾ ਸੀ ਕਿ ਯੂ ਐਸ ਐਸ ਆਰ ਹੁੰਦਾ ਸੀ ਹੁਣ ਸਾਨੂੰ ਕੋਰਸ ਕਰਨਾ ਪੋਗਾ ਫਿਰ 3 ਸਾਲ ਦੀ ਡਿਗਰੀ ਚੱਕਦੀ ਫਿਰਾਂ ਦੇਖੋ ਯਾਰ ਅੱਜ ਕੱਲ ਦੋ ਕੰਮ ਚੱਲਦੇ ਨੇ ਬਣਵਾ ਲੋ ਸਰਟੀਫਿਕੇਟ ਆ ਤਾਂ ਫਿਰ ਜਾ ਤਾਂ ਕੁਛ ਹੈ ਨਹੀਂ ਮਤਲਬ ਸਭ ਨੂੰ ਪਤਾ ਦੇਖੋ ਜੋ ਕੰਮ ਚੱਲਦਾ ਹੈ ਬਣਵਾ ਸਕਦੇ ਹੋ ਬਣਵਾ ਲਓ ਸਰਟੀਫਿਕੇਟ ਕੀ ਕਰੀ ਹੁਣ ਜਾਂ ਤਾਂ ਦੇਖੋ ਤੁਸੀਂ ਉਹੀ ਗੱਲ ਹੈ ਤੁਸੀਂ ਰੈਗੂਲਰ ਜੁੜੇ ਨਹੀਂ ਸੀਗੇ ਮੈਂ ਦਸੰਬਰ ਦਾ ਕਹਿ ਰਿਹਾ ਜਦੋਂ ਦਾ ਪੇਪਰ ਹੋਇਆ ਵੈਕਸ ਉਹ ਕ੍ਰਿਪਟਲ ਐਸਬੀ ਕਲਰਕ ਦਾ ਇੱਕ ਪਹਿਲੀ ਗੱਲ ਟਾਈਪਿੰਗ ਸਿੱਖ ਲਓ ਦੂਜੀ ਗੱਲ ਕੰਪਿਊਟਰ ਦਾ ਸਰਟੀਫਿਕੇਟ ਬਣਵਾ ਲਓ ਹੁਣ ਜੇ ਜਿਨ੍ਹਾਂ ਨੇ ਇੱਕ ਗੱਲ ਸੁਣੀ ਉਹਨਾਂ ਨੇ ਸ਼ਾਇਦ ਕੀਤਾ ਹੋਵੇ ਜਿਨ੍ਹਾਂ ਨੇ ਨਹੀਂ ਕੀਤਾ ਹੁਣ ਕੀ ਕਰ ਸਕਦੇ ਆਪਾਂ ਦੇਖੋ ਕੰਮ ਤਾਂ ਕਰਨਾ ਪੈਣਾ ਦੇਖੋ ਉਹਨਾਂ ਨੇ ਜਿਹੜੀ ਚੀਜ਼ ਕਹੀ ਹੈ 120 ਘੰਟੇ ਜ਼ਿਆਦਾ ਨਹੀਂ ਹੁੰਦੇ ਤੁਸੀਂ ਜੇ ਗੱਲ ਕਰੋ ਕਰਨਾ ਚਾਹੋ ਤਾਂ ਮਹੀਨੇ ਵਿੱਚ ਨਿਬੇੜ ਸਕਦੇ ਏਡੀ ਕੋਈ ਗੱਲ ਹੈ ਨਹੀਂ ਇੱਕ ਵਾਰ ਕੰਪਿਊਟਰ ਵਾਲੀ ਆਰਗੇਨਾਈਜੇਸ਼ਨ ਕੋਲ ਜਾ ਕੇ ਤਾਂ ਦੇਖੋ ਜਿਹੜੇ ਸਰਟੀਫਿਕੇਟ ਬਣਾਉਂਦੇ ਨੇ ਉਹਨਾਂ ਤੋਂ ਗੱਲ ਤਾਂ ਕਰੋ ਸਰਕਾਰੀ ਹੈ ਜਿਹੜੇ ISO ਵਾਲਾ ਹੋ ਗਿਆ ਜਿਹੜਾ DOECC ਵਾਲਾ ਹੋ ਗਿਆ ਉਹਦਾ ਕੋਲ ਜਾਓ ਤਾਂ ਇੱਕ ਵਾਰ ਹੈਨਾ ਉਹਦੇ ਕੋਲ ਜਾ ਕੇ ਤਾਂ ਦੇਖੋ ਇੱਕ ਵਾਰ ਹਾਂਜੀ ਰਸ਼ਪਾਲ ਮੇਰੇ ਵੀਰ ਇੰਗਲਿਸ਼ ਤੇ ਪੰਜਾਬੀ ਦੋਨਾਂ ਵਿੱਚ ਹੋਊਗਾ ਠੀਕ ਹੈ ਜਿੱਦਾਂ ਆਹ ਵੇਖ अंग्रेजी लिखी एक बारी च लिखी ना एदा, एदा नहीं करना के सिर्फ अंग्रेजी इंगलिशी होगा खत्म हो गया अच्छा छेती अच ओह अच अच्छा, आप चल गए कुछ ਤਾਹ ਜੀ ਇਹ ਬਸ ਅੱਜ ਕਲਾਸ ਸੀ ਐਨੀ ਤਾਂ ਐਕਸਾਈਜ਼ ਇਨਸਪੈਕਟਰ ਦੇ ਬੈਚ ਬਾਰੇ ਜਿਹੜੇ ਪੁੱਛ ਰਹੇ ਨੇ ਤਾਂ ਜੀ ਇਹ ਨੇ ਦੋ ਨੇ ਇਹ ਇੱਕ ਤਾਂ ਪੂਰਾ ਬੈਚ ਹੈ ਫੁੱਲ ਫਲੈਸ਼ਡ ਬੈਚ ਹੈ ਜਿਹਦੇ ਵਿੱਚ ਤੁਹਾਡੀ ਕੀ ਕਹਿੰਦੇ ਆਪਣਾ ਟੈਕਸੇਸ਼ਨ ਹੋ ਗਿਆ ਜੀ ਕੇ ਹੋ ਗਿਆ ਮੈਥ ਹੋ ਗਿਆ ਕੰਪਿਊਟਰ ਹੋ ਗਿਆ ਰੀਜ਼ਨਿੰਗ ਹੋਗੀ ਇੰਗਲਿਸ਼ ਹੋਗੀ ਪੰਜਾਬੀ ਕਰੰਟ ਅਫੇਅਰ ਸਭ ਦੀ ਤਿਆਰੀ ਹੋਗੀ ਇਹ ਜਿਹੜਾ ਬੈਚ ਹੈ ਤੁਹਾਨੂੰ ਪੈਂਦਾ 1839 ਦਾ ਇੱਕ ਡਿਸਕਾਊਂਟ ਕੋਡ ਹੈ ਇਹ ਯੂਜ਼ ਕਰਕੇ ਬਾਕੀ ਕੁਝ ਕਹਿੰਦੇ ਨੇ ਕਿ ਸਰ ਅਸੀਂ ਕਰ ਲੂਗੇ ਮੈਥ ਰੀਡਿੰਗ ਇੰਗਲਿਸ਼ ਇੰਗਲਿਸ਼ ਐਸੀ ਨਹੀਂ ਕਰਨਾ ਸਾਨੂੰ ਪ੍ਰੋਬਲਮ ਹੈ ਸਿਰਫ ਟੈਕਸੇਸ਼ਨ ਵਾਲੇ ਟੌਪਿਕ ਨਾਲ ਕਿਉਂਕਿ ਉਹਦੇ ਅੰਦਰ ਕਾਫੀ ਐਕਟ ਨੇ ਕੋਈ ਬਿਲ ਨੇ ਜੀਐਸਟੀ ਫਲਾਣਾ ਤੇਮਕਾ ਬਹੁਤ ਕੁਝ ਇਕਨੋਮੀ ਇਨਕਲੂਡਿੰਗ ਤਾਂ ਉਹਦੇ ਲਈ ਸਿਰਫ ਟੈਕਸੇਸ਼ਨ ਦਾ ਬੈਚ ਹੈ ਇਹ ਤੁਹਾਨੂੰ ਪਊਗਾ ਸਿਰਫ ਔਰ ਸਿਰਫ 643 ਦਾ ਠੀਕ ਹੈ ਇਹ ਦੋ ਗੱਲਾਂ ਧਿਆਨ ਰੱਖਿਓ ਡਿਸਕਾਊਂਟ ਕੋਡ Y383 ਲਰ ਨਹੀਂ ਤਾਂ ਵੈਸੇ ਬਹੁਤ ਮਹਿੰਗੇ ਨੇ ਤੇ ਅੱਜ ਲਈ ਇੱਕ ਬੰਬ ਚੀਜ਼ ਤੁਹਾਨੂੰ ਦਿਖਾਉਣ ਜਾ ਰਹਾ ਮੈਂ ਮੈਂ ਦੋ ਤਿੰਨ ਦਿਨਾਂ ਦਾ ਬਾਰ ਬਾਰ ਕਹਿ ਰਿਹਾ ਕਿਉਂਕਿ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਹ ਚੀਜ਼ ਹੈ ਸਾਡੇ ਕੋਲ ਕਿਸੇ ਕੋਲ ਨਹੀਂ ਹੈ ਇਹ ਕੋਈ ਨਹੀਂ ਕਰਾ ਰਿਹਾ ਇਹ ਪੂਰੇ ਆਨਲਾਈਨ ਹੋਵੇ ਭਾਵੇਂ ਪੂਰਾ ਕੋਈ ਆਫਲਾਈਨ ਹੋਵੇ ਕੋਈ ਨਹੀਂ ਕਰਾਂਦਾ ਆ ਦੇਖੋ ਆ ਚੀਜ਼ ਹੈ ਜਿਹੜੀ ਇਹ ਪੰਜਾਬੀ ਲੈਂਗੁਏਜ ਲਈ ਫਾਊਂਡੇਸ਼ਨ ਟੈਸਟ ਨਾ ਪੜਨਾਵ ਕਾਰਕ ਵਿਸਮਕ ਸਭ ਦੇ ਟੋਟਲ 2000 ਤੋਂ ਜ਼ਿਆਦਾ ਕੁਐਸਚਨ ਨੇ 2000 ਪਲੱਸ ਕੁਐਸਚਨਸ ਨੇ ਇਹਦੇ ਅੰਦਰ ਪੰਜਾਬੀ ਦੀ ਟੈਸਟ ਸੀਰੀਜ਼ ਕੋਈ ਨਹੀਂ ਹੈ ਕਿਤੇ ਵੀ ਨੇ ਕਹੀਂ ਨਹੀਂ ਕੋਈ ਦਿੰਦਾ ਤੁਹਾਨੂੰ ਟੈਸਟ ਤੁਹਾਨੂੰ ਤਿਆਰੀ ਲਈ ਇਹ ਤੋਂ ਵਧੀਆ ਚੀਜ਼ ਨਹੀਂ ਮਿਲੂਗੀ ਪੰਜਾਬੀ ਲਈ ਆਪਣਾ ਪੜੋ ਟੈਸਟ ਦਿਓ 2000 ਤੋਂ ਉੱਤੇ ਕੁਐਸਚਨ ਨੇ ਟੈਸਟ ਸੀਰੀਜ਼ ਲਈ ਧਿਆਨ ਰੱਖ ਲੈਣਾ ਕੋਡ Y383S Y383S ਫॉर ਸੱਪ ਤੇ ਅੱਜ ਇੱਕ ਹੋਰ ਆਫਰ ਚੱਲ ਰਿਹਾ ਜਿਹਦਾ ਜਿਹਨੂੰ ਆਪਾਂ ਕਹਿੰਦੇ ਪੰਜਾਬ ਪ੍ਰਾਈਮ ਟੈਸਟ ਪੈਕ ਇਹਦੇ ਵਿੱਚ ਇਹ ਵਾਲਾ ਤਾਂ ਇਨਕਲੂਡਿੰਗ ਹੈ ਹੀ ਹੈ ਤੇ ਬਾਕੀ ਵੀ ਜਿੰਨੀਆਂ ਵੀ ਟੈਸਟ ਸੀਰੀਜ਼ ਨੇ ਤੇ ਪੂਰੇ ਅਗਲੇ 1 ਸਾਲ ਤੱਕ ਇੱਕ 1 ਇਅਰਲੀ ਜਿੰਨੀਆਂ ਵੀ ਟੈਸਟ ਸੀਰੀਜ਼ ਆਣਨਗੇ ਉਹ ਵੀ ਇਨਕਲੂਡ ਹੋ ਜਾਣਗੇ ਆ ਤਾਂ ਉਹ ਹੈ 291 ਦਾ ਤਾਂ ਮੇਰੇ ਅਕੋਰਡਿੰਗ ਆ 218 ਵਾਲੀ ਚੀਜ਼ ਅੱਜ ਅੱਜ ਨਾ ਲੈ ਕੇ ਸਿੱਧਾ 291 ਵਾਲੀ ਚੀਜ਼ ਲਓ ਤੇ ਇਹਦੇ ਵਿੱਚ 1 ਸਾਲ ਤੱਕ ਆਣ ਵਾਲੀਆਂ ਸਾਰੀ ਟੈਸਟ ਸੀਰੀਜ਼ਾਂ ਜਿੰਨੀਆਂ ਪਈਆਂ ਨੇ ਉਹ ਤਾਂ ਹੈ ਹੀ ਐ ਨੈਪ ਤਹਿਸੀਲਦਾਰ ਪੰਜਾਬੀ ਫੋਰੈਸਟ ਗਾਰਡ ਵੀਡੀਓ ਐਫਸੀ ਆਈ ਪੀਐਸ ਪੀਸੀਐਲ ਪੰਜਾਬ ਪੁਲਿਸ ਸਬ ਇੰਸਪੈਕਟਰ ਕੌਨਸਟੇਬਲ ਈਟੀਟੀ ਪੀ ਟ੍ਰਿਪਲ ਐਸਬੀ ਕਲਰਕ ਕੋਆਪਰੇਟਿਵ ਇਨਸਪੈਕਟਰ ਇਹ ਸਾਰੀਆਂ ਤੇ ਹੈ ਹੀ ਹਨ ਤੇ ਅਗਲੇ ਪੂਰੇ 1 ਸਾਲ ਤੱਕ ਜਿੰਨੀਆਂ ਵੀ ਟੈਸਟ ਸੀਰੀਜ਼ ਆਣਗੀਆਂ ਉਹ ਇਹਦੇ ਵਿੱਚ ਤੁਹਾਨੂੰ ਇਨਕਲੂਡਡ ਮਿਲਣਗੀਆਂ ਤਾਂ ਟੈਸਟ ਸੀਰੀਜ਼ ਲਈ ਕੋਡ ਦੁਬਾਰੇ ਦੱਸੂਗਾ ਮੈਂ Y383 S ਲਾ ਲਓ ਇਹ ਤੁਹਾਨੂੰ ਇੱਕ ਵਾਰ ਦਿਖਾ ਦੇਣਾ ਕਿਦਾਂ ਐਕਸੈਸ ਕਰਨਾ ਫਿਰ ਆਪਾਂ ਗੱਲਾਂ ਕਰਦੇ ਜਿਹੜੀ ਤੁਸੀਂ ਪੁੱਛਣੀਆਂ ਨੇ ਤਾਂ ਅਡਾ 247 ਯਾਨੀ ਕਿ ਅਡਾ 247.com ਓਪਨ ਕਰੋ ਫਿਰ ਇਹ ਖੋਲ ਕੇ ਇਧਰ ਇਹ ਓਪਨ ਕਰਕੇ ਸਾਡਾ ਕੀਬੋਰਡ ਚੱਲਦਾ ਨਹੀਂ ਇਧਰ ਸਰਚ ਕਰਿਓ ਸਿੱਧਾ ਕੀ ਪੰਜਾਬ ਪ੍ਰਾਈਮ ਪੰਜਾਬ ਪ੍ਰਾਈਮ ਪੰਜਾਬ ਪ੍ਰਾਈਮ ਇਹ ਕੀ ਹੈ ਰਿਡ ਟੈਸਟ ਸੀਰੀਜ਼ ਦਾ ਪੈਕ ਹੈ ਜਿਹੜਾ ਤਾਂ ਪੰਜਾਬ ਪ੍ਰਾਈਮ ਇੱਕ ਹੀ ਆਊਗਾ 399 ਲਿਖਿਆ ਹੋਇਆ ਇਹ ਪੂਰੇ 1 ਸਾਲ ਤੱਕ ਜਿੰਨੇ ਵੀ ਟੈਸਟ ਪੂਰੇ 1 ਸਾਲ ਤੱਕ ਆਣਗੇ ਇਹਦੇ ਵਿੱਚ ਆਉਂਦੇ ਰਹਿਣਗੇ ਆਉਂਦੇ ਰਹਿਣਗੇ ਆਉਂਦੇ ਰਹਿਣਗੇ ਤੇ ਪੁਰਾਣੇ ਸਾਰੇ ਮਿਲ ਜੂਗੇ ਵਿਊ ਆਫਰ ਤੇ ਜਾਣਾ 399 ਲਿਖਿਆ ਦੇਖੋ ਹੁਣ ਐਂਟਰ 쿠ਪਨ ਕੋਡ ਵਿੱਚ Y383 ਦੇ ਅਗੇ S for sub ਜਰੂਰ ਲਾ ਦੇਣਾ ਤੇ ਆ ਪੈ ਗਿਆ ਤੁਹਾਨੂੰ ਦੇਖੋ ਕਿੰਨੇ ਦਾ ਪੈ ਗਿਆ ਸਿਰਫ 291 ਦਾ ਪੈ ਗਿਆ Y383S ਲਾ ਕੇ ਠੀਕ ਹੈ ਜੇ ਜਿੰਨੇ ਐਕਸਾਈਜ਼ ਇਨਸਪੈਕਟਰ ਦੀ ਤਿਆਰੀ ਕਰਨੀ ਹੈ ਉਹ ਸਿੱਧਾ E X C I S E ਐਕਸਾਈਜ਼ ਟਾਈਪ ਕਰੇ ਇਧਰ P ਟ੍ਰਿਪਲ ਐ ਐਕਸਾਈਜ਼ ਇਨਸਪੈਕਟਰ ਆ ਦੇਖੋ ਇਹ ਦੋ ਬੈਚ ਨੇ ਹੁਣ ਜੇ ਤੱਕ ਅਲਾ ਟੈਕਸੇਸ਼ਨ ਦਾ ਬੈਚ ਲੈਣਾ ਤਾਂ ਇਹ ਹੈ ਜੇ ਫੁੱਲ ਫਲੈਜ ਲੈਣਾ ਤਾਂ ਇਹ ਹੈ ਤਾਂ ਇਹ ਇਧਰ 799 ਲਿਖਿਆ ਹੋਇਆ ਇਹਨੂੰ ਵੀ ਉਦਾਂ ਹੀ ਪ੍ਰੋਸੈਸ ਹੈ ਵਿਊ ਆਫਰ ਜਾਓਗੇ ਬਟ ਇਧਰ Y383 ਦੇ ਅੱਗੇ S ਨਹੀਂ ਲਗਾ ਕੇ ਸਿਰਫ Y383 ਲਾ ਦਿਓ ਤੇ ਐਂਟਰ ਦਬ ਦਿਓ ਤੇ ਇਹ ਹੋ ਗਿਆ ਤੁਹਾਡਾ ਕਿੰਨੇ ਦਾ ਸਿਰਫ ਔਰ ਸਿਰਫ 1840 ਦਾ ਠੀਕ ਹੈ ਬੈਚ ਲੈਣਾ ਹੈ ਤਾਂ Y383 ਟੈਸਟ 3 ਲੈਣੀ ਹੈ ਤਾਂ Y383 ਐਸ ਠੀਕ ਹੈ ਜੀ ਚਲੋ ਹੁਣ ਦੱਸੋ ਯਾਰ ਜੋ 프리 ਤੁਸੀਂ ਵੀਡੀਓ ਦਾ ਪੜਿਆ ਅੱਛਾ ਚਲੋ ਆਪਣੀ ਆਪ ਹੀ ਗੱਲਾਂ ਮਾਰ ਰਹੇ ਫੇਰ ਠੀਕ ਹੈ ਹੈਨਾ ਚਲੋ ਇਹ ਦੋ ਗੱਲਾਂ ਨੇ ਬਾਕੀ ਟੈਸਟ 3 ਜ਼ਰੂਰ ਲੈ ਲਓ ਦੇਖੋ ਟੈਸਟ 3 ਦਾ ਬਹੁਤ ਮਹੱਤਵ ਰੂਗਾ ਜਿਹੜੇ ਨੈਪਸ ਹਿੱਲਾਰੇ ਬੱਚੇ ਕਹਿੰਦੇ ਨੇ ਕਿ ਸਰ ਇਕਨੋਮਿਕ ਦੇ ਪਤਾ ਨਹੀਂ ਕਿਹੋ ਜਿਹਾ ਸਵਾਲ ਆ ਗਿਆ ਸਾਨੂੰ ਪਤਾ ਹੀ ਨਹੀਂ ਲੱਗਿਆ ਸਰ ਰੀਜ਼ਨਿੰਗ ਦੇ ਬਹੁਤ ਹੀ ਟਫ ਸਵਾਲ ਆ ਗਏ ਸਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਇਹਦੇ ਬਹੁਤ ਟਫ ਸਵਾਲ ਆ ਗਏ ਸਾਨੂੰ ਪਤਾ ਹੀ ਨਹੀਂ ਲੱਗਾ ਮੈਂ ਕਿਹਾ ਸੀ ਟੈਸਟ ਸੀਰੀਜ਼ ਰ ਰੀਟੈਂਪਟ ਕਰਿਓ ਕਿਉਂਕਿ ਆਪਾਂ ਕਰਦੇ ਕਿ ਆਪਾਂ ਆਪਣੀ ਕਾਪੀ ਕਾਲੀ ਕਰਦੇ ਰਹਿੰਦੇ ਜਦੋਂ ਤੱਕ ਸਾਡੇ ਸਿਰ ਦੇ ਉੱਤੇ ਘੜੀ ਨਹੀਂ ਲਟਕਦੀ ਨਾ ਘੜੀ ਦੇ ਨਾਲ ਨਾਲ ਦੇ ਤੱਕ ਅਸੀਂ ਸੋਲਵ ਨਹੀਂ ਕਰੂਗੇ ਸਾਨੂੰ ਨਹੀਂ ਪਤਾ ਲੱਗੂਗਾ ਸਾਡੀ ਔਕਾਤ ਕਿੰਨੀ ਹੈ ਇੱਕ ਸਵਾਲ ਅਸੀਂ 10 ਮਿੰਟ ਵਿੱਚ ਬੜੇ ਕੰਫਰਟੇਬਲੀ ਕਰ ਸਕਦੇ ਹਾਂ ਬਟ ਪੇਪਰ ਜਦੋਂ ਮੰਗ ਰਿਹਾ ਉਸ ਸਵਾਲ ਨੂੰ ਤੁਹਾਨੂੰ 6 ਮਿੰਟ ਵਿੱਚ ਕਰਨਾ ਤਾਂ ਤੁਹਾਨੂੰ ਕਰਨਾ ਪੈਣਾ ਹੈ ਉੱਥੇ ਕਮਾਂਦੀ ਟੈਸਟ ਸੀਰੀਜ਼ ਠੀਕ ਹੈ ਯਾਰ ਪੰਜਾਬੀ ਟੈਸਰ ਅਦਰ 스테ਟਸ ਲਈ ਹੈ ਸਾਰਿਆਂ ਲਈ ਹੋਗਾ ਟੈਸਟ ਤਾਂ ਤੁਹਾਡੇ ਲਈ ਵੀ ਹੋਗਾ ਨਹੀਂ ਨਹੀਂ ਸਾਰਿਆਂ ਲਈ ਹੋਗਾ ਉਹ ਤਾਂ ਸਾਰੇ ਲਈ ਹੋਗਾ ਹੁਣ ਉਹਨਾਂ ਨੇ ਇਹ ਹੀ ਕਿਹਾ ਵੀ ਗਰੁੱਪ ਸੀ ਤੇ ਗਰੁੱਪ ਡੀ ਲਈ ਸਾਰਿਆਂ ਲਈ ਅਦਰ 스테ਟ ਵਾਲਾ ਤਾਂ ਵੈਸੇ ਨਹੀਂ ਪਰ ਸਕਦਾ ਜਿਹਦੇ ਕੋਲ 10ਵੀਂ ਪੰਜਾਬੀ ਹੈ ਨਹੀਂ ਨਹੀਂ ਗੁਰਸੇਵਕ ਮੇਰੇ ਵੀਰ ਕਰੂੰਗੇ ਸ਼ੁਰੂ ਟੈਨਸ਼ਨ ਕਿਉਂ ਲੈਣਾ ਕੋਆਪਰੇਟਿਵ ਦਾ ਲੱਗ ਤਾਂ ਹੋਗਾ ਇੱਕ ਵਾਰ ਐਗਜ਼ਾਮ ਡੇਟ ਅਨਾਉਂਸ ਹੋਣ ਦੇ ਕਰੂੰਗੇ ਕਰੋਗੇ ਐਨਟੀਟੀ ਬਾਰੇ ਤਾਂ ਯਾਰ ਮੈਨੂੰ ਵੀ ਨਹੀਂ ਪਤਾ ਯਾਰ ਚਲੋ ਠੀਕ ਹੈ ਯਾਰ ਸੱਚੀਕਾਲ ਬਾਏ ਬਾਏ 올 द बेस्ट